ਚੀਕ ਗਰੀ ਜਿਨ ਹੈ ਨਿਵਾਜ ਸਾਜ ਹਮ ਕੀਏ ਤੇ ਸਹਿਬਸਾਰ ਅਬਰ ਲਗਰੀ ਸੰਧਕ ਤੋਹੇ ਸਾਧ ਨਹੀਂ ਕਹੀਓ ਸ਼ਰਨ ਪਰ ਤੁਮਰੀ ਪਗਰੀ ਕਹ ਕਬੀਰ ਇਹ ਬਿੰਤੀ ਸੁਨਿਓ ਮਤ ਘਾਲੋ ਜਮ ਕੀ ਖਬਰੀ ਕਹ ਕਬੀਰ ਇਹ ਬਿਨਤੀ ਸੁਨਿਓ ਮਤ ਘਾਲੋ ਜਮ ਕੀ ਖਬਰੀ ਹਮ ਯਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ माया मोह परम पले सुत दारा प्रीत दारो पंथ पन्थ गुर संगत ਤੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾ ਸੁਖ ਹੋ ਟਲ ਗੁਰ ਸੇਵੀਐ ਅਹਨ ਸਹਜ ਬਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮ ਦੀ ਲੋਰ ਅਰ ਸਹਾ ਪਰਸਾ ਛੱਟੀ ਐ ਡੱਠੇ ਸੱਚੇ ਬਾਦਿਸ਼ਾਹ ਮਾਲ ਨਮ ਨਨਮ ਦੀ ਕੱਟੀ ਐ ਸਜਣ ਸੱਚਾ ਬਾਤ ਸਾਹੋ ਸਿਰ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭ ਨਾਂ ਦਾ ਵੇਸਾ ਸਤਨਾ ਵਾਹਿਗੁਰੂ ਸਾਹਿਬ ਜੀਉ ਸ਼ਲੋਕ ਕਿਆ ਸੁਣਿੰਦੋ ਕੂੜ ਵੰਨ ਪਵਨ ਚੁਲਾਰਿਆਂ ਨਾਨਕ ਸੁਣੀ ਅਰਤੇ ਪਰਵਾਣ ਜੋ ਸੁਣੇਂਦੇ ਸੱਚ ਧਣੀ ਕਿਆ ਸੁਣਿੰਦ ਕੂੜ ਵੰਨ ਪਵਨ ਚੁਲਾਰਿਆਂ ਨਾਨਕ ਸੁਣੀ ਅਰਤੇ ਪ੍ਰਵਾਣ ਜੋ ਸੁਣੇਂਦੇ ਸੱਚ ਧਣੀ ਸ਼ੰਤ ਤਿੰਨ ਘੋਲ ਕਮਾਈ ਜਿਨ ਪ੍ਰਭ ਸਰਵਣੀ ਸੁਣਿਆ ਰਾਮ ਸਿਰ ਸਾਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ ਸਿਰ ਸਾਜ ਸੁਹੇਲੇ ਗੁਣ ਅਮੋਲੇ ਜਗਤ ਉਧਾਰਨ ਆਏ ਭੈ ਬੋਹਿਤ ਸਾਗਰ ਪ੍ਰਭ ਚਰਣਾ ਕੇਤੇ ਪਾਰ ਲੰਘਾਏ ਜਿਨ ਕੋ ਕਿਰਪਾ ਕਰੀ ਮੇਰਾ ਠਾਕੁਰ ਤਿੰਨ ਕਾ ਲੇਖਾ ਨਾ ਗਣਿਆ ਕਹੋ ਨਾਨਕ ਤਿਸ ਕੋ ਲੁਕਮਾਈ ਜਿਨ ਪ੍ਰਭ ਸਰਵਣੀ ਸੁਣਿਆ ਜਿਨ ਕੋ ਕਿਰਪਾ ਕਰੀ ਮੇਰਾ ਠਾਕੁਰ ਤਿਨ ਕਾ ਲੇਖਾ ਨਾ ਗਣਿਆ ਕਹੋ ਨਾਨਕ ਤਿਸ ਕੋਲ ਕੁਮਾਈ ਜਿਨ ਪ੍ਰਭ ਸਰਵਣੀ ਸੁਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ ਰਮ ਸਨਮਾਨਯੋਗ ਸਤਕਾਰਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾ ਚ ਹਾਜ਼ਰੀਆਂ ਭਰ ਕੇ ਦੇਨ ਦੁਨੀਆ ਦੇ ਮਾਲਕ ਸਤਿਗੁਰੂ ਜਗਤ ਗੁਰੂ ਸਰਬ ਸੰਜੀਵਾਲਤਾ ਦੇ ਸੰਜੇ ਰਹਿ ਪ੍ਰਸਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸਰੇ ਤਲਕ ਤੇਜੰਜੂ ਦੇ ਰਾਖੇ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਇਆਨਿਤ ਸਵਾਮੀ ਜੀ ਦੇ ਪਾਵਨ ਅਸਥਾਨਾਂ ਤੇ ਨਤਮਸਤਕ ਹੋ ਕੇ ਗੁਰਦੇਵ ਦੀਆਂ ਖੁਸ਼ੀਆਂ ਦੇ ਪਾਤਰ ਬਣ ਰਹੇ ਆਸਾ ਜੀ ਦੀ ਬਾਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ ਸਮਾ ਹੈ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਦਾ ਅੱਜ ਉਹ ਪਾਵਸ਼ਾਲੀ ਦਿਨ ਵੀ ਸਤਿਗੁਰਾਂ ਦੀ ਕਿਰਪਾ ਨਾਲ ਆਇਆ ਹੈ ਜੋ ਪਿਛਲੇ ਕਈ ਦਿਨਾਂ ਤੋਂ ਆਪ ਜੀ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਇਤਿਹਾਸਕ ਸਥਾਨਾਂ ਦੀ ਯਾਤਰਾ ਦਰਸ਼ਨ ਦਿਦਾਰੇ ਨਗਰ ਕੀਰਤਨ ਹੁਣ ਕਥਾ ਦੀ ਸਮਾਪਤੀ ਤੋਂ ਪਰੰਤ ਪ੍ਰਾਰੰਭ ਹੋਣੇ ਹਨ ਪਟਿਆਲੇ ਸ਼ਹਿਰ ਦੀਆਂ ਸੰਗਤਾਂ ਦਾ ਕਰਤੱਬ ਹੈ ਫਰਜ਼ ਬਣਦਾ ਹੈ ਕਿ ਨਗਰ ਕੀਰਤਨ ਦੇ ਨਾਲ ਚੱਲ ਕੇ ਨੌਵੇਂ ਪਾਤਸ਼ਾਹ ਦੇ ਪਾਵਨ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਕੇ ਗੁਰਦੇਵ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ ਰਾਗ ਵੜਹੰਸ ਦੇ ਪਵਿੱਤਰ ਛੰਤ ਹਨ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਅੰਮ੍ਰਿਤ ਵਚਨ ਉਚਾਰਨ ਕਰ ਰਹੇ ਨੇ ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰਦੇਵ ਦੇ ਚਰਨਾਂ ਨਾਲ ਜੋੜੀਏ ਇਕਾਗਰਤਾ ਬਣਾਉਣ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਕਿਆ ਸੁਣੇਂਦੋ ਕੂੜ ਵੰਨ ਪਵਨ ਚੁਲਾਰਿਆ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਛੰਤ ਦੇ ਆਰੰਭਤਾ ਤੋਂ ਪਹਿਲਾਂ ਸ਼ਲੋਕ ਉਚਾਰਨ ਕਰ ਰਹੇ ਹਨ ਸਤ ਤੇ ਅਸਤ ਜਿਸ ਨੂੰ ਆਪਾਂ ਸਾਰ ਤੇ ਅਸਾਰ ਵੀ ਕਹਿੰਨੇ ਆ ਸਤ ਦੇ ਪਰਿਪੇਖ ਵਿੱਚ ਅਸਤੋ ਹੋਵੇਗਾ ਜੋ ਨਹੀਂ ਹੁੰਦਾ ਅਸਤ ਉਹ ਹੈ ਜੋ ਦਿਸ ਵੀ ਰਿਹਾ ਪਰ ਹੈ ਵੀ ਨਹੀਂ ਸਪਸ਼ਟ ਲਫ਼ਜ਼ਾਂ ਚ ਕਹਿ ਦੇਾਂਗੇ ਝੂਠ ਬਹੁਤ ਕੁਝ ਸਾਡੇ ਵੇਖਣ ਵਿੱਚ ਐਸਾ ਆਉਂਦਾ ਹੈ ਕੋਈ ਜਾਦੂਗਰ ਉਹ ਸੱਚ-ਬੁਚ ਤਾਂ ਨਹੀਂ ਉਹ ਸਭ ਕੁਝ ਕਰ ਰਿਹਾ ਹੁੰਦਾ ਉਹ ਸੱਚਮੁੱਚ ਆਪਣੇ ਜਮੂਰੇ ਦੀ ਗਰਦਨ ਦੇ ਵਿੱਚ ਛੁਰੀ ਨਹੀਂ ਫੇਰਦਾ ਪਰ ਅਸੀਂ ਦੇਖ ਰਹੇ ਹਾਂ ਵੀ ਉਹ ਜਮੂਰੇ ਦੀ ਗਰਦਨ ਦੇ ਵਿੱਚ ਛੁਰੀ ਵੀ ਫੇਰ ਦਿੰਦਾ ਆਪਣੇ ਜਮੂਰੇ ਦੇ ਸਰੀਰ ਨੂੰ ਤਿੰਨ ਹਿੱਸਿਆਂ ਵਿੱਚ ਕੱਟ ਵੀ ਦਿੰਦਾ ਵੰਡ ਵੀ ਦਿੰਦਾ ਪਰ ਕੀ ਉਹ ਸਤ ਹੁੰਦਾ ਸਤ ਨਹੀਂ ਹੈ ਪਰ ਦਿਸ ਰਿਹਾ ਹੈ ਕਿ ਸਤ ਹੈ ਪਰ ਅਸੀਂ ਜਾਣਦੇ ਵੀ ਹਾਂ ਵੀ ਇਹ ਝੂਠ ਹੈ ਪਰ ਅਸੀਂ ਬੜੀ ਹੈਰਾਨੀ ਨਾਲ ਅਸਚਰਜ ਹੋ ਕੇ ਵੇਖਦੇ ਹਾਂ ਕਿਉਂਕਿ ਸਾਨੂੰ ਉਹ ਜੋ ਜਾਦੂਗਰ ਕਰ ਰਿਹਾ ਹੈ ਉਹਦੀ ਵਾਸਤਵਿਕਤਾ ਦਾ ਨਹੀਂ ਪਤਾ ਕਿ ਕੀ ਕਰ ਰਿਹਾ ਹੈ। ਅਗਰ ਉਸੇ ਜਾਦੂਗਰ ਦੇ ਤਮਾਸ਼ੇ ਨੂੰ ਕੋਈ ਦੂਸਰਾ ਜਾਦੂਗਰ ਵੇਖਦਾ ਉਹਨੂੰ ਸਭ ਕੁਝ ਪਤਾ ਹੁੰਦਾ ਹੈ ਵੀ ਇਹ ਕੁਝ ਵੀ ਨਹੀਂ ਕਿਉਂਕਿ ਉਹਨੂੰ ਪਤਾ ਹੈ ਕਿ ਹੱਥ ਦੀ ਸਫਾਈ ਹੈ ਕਿਸੇ ਤਰੀਕੇ ਨਾਲ ਕੀਤਾ ਜਾ ਰਿਹਾ। ਉਹਦੇ ਵਾਸਤੇ ਅਸਚਰਜ ਨਹੀਂ ਹੁੰਦਾ। ਪਰ ਜਦੋਂ ਸਾਡੇ ਵਰਗਾ ਕੋਈ ਸਧਾਰਨ ਵਿਅਕਤੀ ਵੀ ਉਹ ਚੀਜ਼ਾਂ ਨੂੰ ਨਹੀਂ ਜਾਣਦਾ ਉਸ ਤਮਾਸ਼ੇ ਨੂੰ ਨਹੀਂ ਜਾਣਦਾ ਤਾਂ ਅਸੀਂ ਕਹਾਂਗੇ ਤਾਂ ਬੜੀ ਹੈਰਾਨੀ ਪਤਾ ਵੀ ਹੈ ਕਿ ਝੂਠ ਹੈ ਇਹ ਸੱਚ ਨਹੀਂ ਹੈ ਪਰ ਫਿਰ ਵੀ ਅਸੀਂ ਸੱਚ ਮੰਨ ਰਹੇ ਹੁੰਦੇ ਹਾਂ ਨਿਰੰਕਾਰ ਦੀ ਇਹ ਸਾਰੀ ਰਚੀ ਹੋਈ ਰਚਨਾ ਸਾਡੇ ਭਰਮ ਦੇ ਕਾਲ ਵਿੱਚ ਜਦੋਂ ਅਸੀਂ ਭਰਮ ਦੇ ਵਿੱਚ ਆ ਸਾਨੂੰ ਸੱਚ ਪ੍ਰਤੀਤ ਹੁੰਦੀ ਹੈ ਜੋ ਉਸ ਨਰਾਕਾਰ ਪਰਮੇਸ਼ਵਰ ਵਿੱਚ ਮਿਲ ਜਾਂਦੇ ਨੇ ਇੱਕ ਮਿਕ ਹੋ ਜਾਂਦੇ ਨੇ ਉਹ ਇੱਕ ਮਿਕ ਹੋਏ ਪਰਮੇਸ਼ਵਰ ਵਿੱਚ ਅਪੇਧ ਹੋਏ ਪਰਮੇਸ਼ਰ ਦੀs ਖੇਡ ਨੂੰ ਸਮਝ ਲੈਂਦੇ ਨੇ ਵੀ ਇਹਦੇ 'ਚ ਕੁਝ ਵੀ ਸੱਚ ਨਹੀਂ ਹੈ ਜਿਵੇਂ ਇੱਕ ਜਾਦੂਗਰ ਦੂਸਰੇ ਜਾਦੂਗਰ ਦੀਆਂ ਉਹ ਸਾਰੀਆਂ ਗੱਲਾਂ ਨੂੰ ਸਮਝ ਲੈਂਦਾ ਤੇ ਜਿਸ ਵਕਤ ਪਰਮਾਤਮਾ ਦੀ ਰਚੀ ਹੋਈs ਰਚਨਾ ਨੂੰ ਵੇਖ ਕੇ ਜਿਹੜਾ ਜਾਣ ਲੈਂਦਾ ਹੈ ਕਿ ਭਰਮ ਕਰਕੇ ਹੀ ਸੱਚ ਪ੍ਰਤੀਤ ਹੋ ਰਿਹਾ ਹੈ ਅਸਲੀਅਤ ਵਿੱਚ ਸੱਚ ਨਹੀਂ ਹੈ ਫਿਰ ਉਹ ਕਹਿੰਦੇ ਨੇ ਕਾ ਸੁਣਿੰਦੋ ਕੂੜ ਵੰਧਨ ਪਵਨ ਚੁਲਾ ਰਿਆ ਤੂੰ ਆ ਦੁਨੀਆਂ ਦੇ ਝੂਠੇ ਪਦਾਰਥਾਂ ਬਾਰੇ ਕੀ ਸੁਣਦਾ ਹੈ ਇਹ ਝੂਠੇ ਨੇ ਇਹਨਾਂ ਝੂਠ ਪਦਾਰਥਾਂ ਬਾਰੇ ਤੂੰ ਜੋ ਸੁਣ ਰਿਹਾ ਸਭ ਝੂਠਾ ਹੈ ਸੰਸਾਰ ਦੇ ਜਿਤਨੇ ਵੀ ਪਦਾਰਥ ਨੇ ਜਿਤਨੀਆਂ ਵੀ ਵਸਤੂਆਂ ਨੇ ਇਹ ਸੱਚ ਤਾਂ ਨਹੀਂ ਹਨ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਤਾਂ ਝੂਠ ਨੇ ਜਿਵੇਂ ਹਵਾ ਦਾ ਬੁੱਲਾ ਆਉਂਦਾ ਤੇ ਚਲਿਆ ਜਾਂਦਾ ਵੰਜਨ ਪਵਨ ਚੁਲਾ ਰਿਆ ਇਸੇ ਤਰ੍ਹਾਂ ਇਹ ਝੂਠੇ ਪਦਾਰਥਾਂ ਬਾਰੇ ਤੂੰ ਕੀ ਸੁਣਦਾ ਹੈ ਵੀ ਇਹ ਪਦਾਰਥ ਸੱਚ ਨੇ ਇਹ ਤਾਂ ਪਵਨ ਦੇ ਚੁਲਾਰੇ ਵਾਂਗੂ ਨੇ ਜਿੰਨਾ ਚਿਰ ਤੱਕ ਤੇਰੇ ਕੋਲ ਪੁੰਨ ਕਰਮ ਹਨ ਉਨਾ ਪੁੰਨ ਕਰਮਾਂ ਦੇ ਸਦਕਾ ਇਹ ਪਦਾਰਥ ਤੇਰੇ ਕੋਲ ਆਉਂਦੇ ਨੇ ਜਦੋਂ ਪੁੰਨ ਕਰਮਾਂ ਦੀ ਹਵਾ ਲੰਘ ਜਾਂਦੀ ਹੈ ਤਾਂ ਹਵਾ ਦੇ ਬੁੱਲੇ ਵਾਂਗੂ ਇਹ ਵੀ ਚਲੇ ਜਾਂਦੇ ਨੇ ਸੰਸਾਰ ਦੇ ਪਦਾਰਥਾਂ ਦਾ ਜਿਤਨਾ ਵੀ ਸੁੱਖ ਹੈ ਇਹ ਸਾਡੇ ਕੋਲ ਉਦੋਂ ਤੱਕ ਹੀ ਹੈ ਜਦੋਂ ਤੱਕ ਸਾਡੇ ਪੁੰਨ ਕਰਮ ਨੇ ਪੁੰਨ ਕਰਮਾਂ ਦੇ ਪ੍ਰਭਾਵ ਕਰਕੇ ਸਾਨੂੰ ਵਸਤੂਆਂ ਮਿਲਦੀਆਂ ਨੇ ਪਦਾਰਥ ਮਿਲਦੇ ਨੇ ਮਲਨ ਕਰਮਾਂ ਕਰਕੇ ਸਾਨੂੰ ਉਦਾ ਫਲ ਪ੍ਰਾਪਤ ਹੁੰਦਾ ਪਰ ਪੁੰਨ ਕਰਮ ਕਦੋਂ ਤੱਕ ਰਹਿੰਦੇ ਨੇ ਆਖਰਕਾਰ ਤਾਂ ਖਤਮ ਹੁੰਦੇ ਨੇ ਨਾ ਆਖਰਕਾਰ ਤਾਂ ਬਿਨਸਦੇ ਨੇ ਜਿਸ ਵਕਤ ਤੋਂ ਪੁੰਨ ਕਰਮ ਬਿਨਸ ਗਏ ਤੇ ਫਿਰ ਆ ਵੀ ਜਿਹੜੇ ਸੰਸਾਰ ਦੇ ਪਦਾਰਥ ਝੂਠਿਆਂ ਦੇ ਬਾਰੇ ਤੂੰ ਸੁਣਦਾ ਇਹ ਵੀ ਹਵਾ ਦੇ ਬੁੱਲੇ ਵਾਂਗੂ ਨੇ ਇਹ ਵੀ ਚਲੇ ਜਾਂਦੇ ਨੇ ਸਾਡੇ ਆਪਣੇ ਜੀਵਨ ਦੇ ਵਿੱਚ ਅਸੀਂ ਐਸੀਆਂ ਕਿੰਨੀਆਂ ਵਸਤੂਆਂ ਜਿਹੜੀਆਂ ਹਟਾਈਆਂ ਤੇ ਚਲੀਆਂ ਗਈਆਂ ਔਰ ਅਕਸਰ ਅਸੀਂ ਕਹਿੰਨੇ ਆ ਉਹ ਵਸਤੂ ਜੋ ਅੱਜ ਤੋਂ ਕਈ ਸਾਲ ਪਹਿਲਾਂ ਸਾਨੂੰ ਮਿਲੀ ਸੀ ਮੁੜ ਕੇ ਉਦਾਂ ਦੀ ਵਸਤੂ ਉਦਾਂ ਦਾ ਪਦਾਰਥ ਸਾਨੂੰ ਨਹੀਂ ਮਿਲਿਆ ਕਿਤਨੇ ਪਦਾਰਥ ਕਿਤਨੀਆਂ ਵਸਤੂਆਂ ਆਈਆਂ ਤੇ ਚਲੀਆਂ ਗਈਆਂ ਤੇ ਜੋ ਆਵੇ ਤੇ ਚਲੇ ਜਾਵੇ ਉਹਨੂੰ ਸੱਚ ਕਿਵੇਂ ਕਹਿ ਸਕਦੇ ਆਂ ਸਚਤਾ ਉਹ ਹੈ ਜਿਹੜਾ ਸਦਾ ਵੀ ਹੋਵੇ ਸਤ ਤਾਂ ਇਹ ਸਰੀਰ ਵੀ ਨਹੀਂ ਜਨਮ ਤੋਂ ਲੈ ਕੇ ਹੁਣ ਤੱਕ ਇਹ ਸਰੀਰ ਦਾ ਕਿਤਨਾ ਕੁਝ ਘਟਿਆ ਹੋਵੇਗਾ ਉਦਾਂ ਦਾ ਤੇ ਨਹੀਂ ਰਹਿੰਦਾ ਸਰੀਰ ਬਚਪਨ ਦੇ ਵਿੱਚ ਜੋ ਮਾਸੂਮੀਅਤ ਸੀ ਬਚਪਨ ਦੇ ਵਿੱਚ ਜੋ ਚੇਤਾ ਸ਼ਕਤੀ ਸੀ ਕੀ ਜਵਾਨੀ ਵਿੱਚ ਉਤਨੀ ਚੇਤਾ ਸ਼ਕਤੀ ਰਹਿੰਦੀ ਹੈ ਬਚਪਨ ਦੇ ਵਿੱਚ ਇੱਕ ਪੁਸਤਕ ਪੜਦਾ ਪੜਦਿਆਂ ਸਾਰੇ ਨੂੰ ਸਭ ਕੁਝ ਚੇਤੇ ਹੋ ਜਾਂਦਾ ਹੈ ਜਦੋਂ ਕੁਝ प्रौੜ ਮਰ ਦੇ ਵਿੱਚ ਆ ਜਾਂਦਾ ਹੁਣ ਕਹਿੰਦਾ ਯਾਦ ਨਹੀਂ ਹੁੰਦਾ ਫਿਰ ਜੋ ਯਾਦ ਹੁੰਦਾ ਇੱਕ ਉਮਰ ਐਸੀ ਵੀ ਆਉਂਦੀ ਆ ਜੋ ਯਾਦ ਹੁੰਦਾ ਉਹ ਵੀ ਭੁੱਲਣ ਲੱਗ ਪੈਂਦਾ ਜੇ ਸਰੀਰ ਦੇ ਨਾਲ ਜੁੜੀਆਂ ਹੋਈਆਂ ਸਰੀਰ ਦੀਆਂ ਸ਼ਕਤੀਆਂ ਵੀ ਸਤ ਨਹੀਂ ਹਨ ਨੇਤਰਾਂ ਦੀ ਰੋਸ਼ਨੀ ਘਟ ਜਾਂਦੀ ਹੈ ਸਰਵਣਾ ਦੀ ਸੁਣਨ ਸ਼ਕਤੀ ਘਟ ਜਾਂਦੀ ਹੈ ਸਰੀਰ ਦਾ ਬਲ ਤੇ ਤਾਣ ਛੀਨ ਹੋਣ ਲੱਗ ਪੈਂਦਾ ਤਾਂ ਫਿਰ ਇਸ ਸਰੀਰ ਨਾਲ ਜੁੜੇ ਹੋਏ ਪਦਾਰਥ ਕਿਵੇਂ ਸਤ ਹੋ ਸਕਦੇ ਨੇ ਸਤ ਤਾ ਇਹ ਵੀ ਨਹੀਂ ਹੈ ਗਰੀਬ ਨਿਵਾਜ ਸਵਾਮੀ ਜੀ ਫਰਮਾਉਂਦੇ ਹਨ ਤੂੰ ਇਹਨਾਂ ਝੂਠੇ ਪਦਾਰਥਾਂ ਬਾਰੇ ਕੀ ਸੁਣਦਾ ਹੈ ਸੁਣ ਸੁਣ ਕੇ ਕੀ ਉਤਸ਼ਾਹਤ ਹੋ ਰਿਹਾ ਹੈ ਇਹ ਤਾਂ ਪਵਨ ਦੇ ਬੁੱਲੇ ਵਾਂਗੂ ਨੇ ਜਿਵੇਂ ਪਵਨ ਦਾ ਬੁੱਲਾ ਆਉਂਦਾ ਹਵਾ ਦਾ ਬੁੱਲਾ ਆਉਂਦਾ ਤੇ ਚਲਿਆ ਜਾਂਦਾ ਇਸੇ ਤਰ੍ਹਾਂ ਤੇਰੇ ਪੁੰਨ ਕਰਮਾਂ ਕਰਕੇ ਇਹ ਪਦਾਰਥ ਤੇਰੇ ਕੋਲ ਆਉਂਦੇ ਨੇ ਮੁੜ ਕੇ ਚਲੇ ਜਾਂਦੇ ਨੇ ਇਹੀ ਸੱਚ ਹੈ ਹਾਂਜੀ ਨਾਨਕ ਸੁਣੀ ਅਰਤੇ ਪਰਵਾਣ ਜੋ ਸੁਣੇਂਦੇ ਸੱਚ ਧਣੀ ਤੂੰ ਇਹਨਾ ਝੂਠੇ ਪਦਾਰਥਾਂ ਬਾਰੇ ਕੀ ਸੁਣਦਾ ਜਿਹੜੇ ਰਹਿਣੇ ਹੀ ਨਹੀਂ ਫਲਾਣੇ ਕੋਲ ਆ ਪਦਾਰਥ ਹੈ ਫਲਾਣੇ ਕੋਲ ਆਇਸ਼ਵ ਪਰਸਤੀ ਦੇ ਸਰ ਤੇ ਸਾਧਨ ਨੇ ਫਲਾਣੇ ਕੋਲ ਆ ਕੁਝ ਹੈ ਅਸੀਂ ਲੋਕਾਂ ਬਾਰੇ ਹੀ ਸੁਣਦੇ ਰਹਿੰਨੇ ਆ ਨਾ ਜਿਨ੍ਹਾਂ ਨਾਲ ਸਾਡਾ ਕਦੇ ਕੋਈ ਵਾ ਵਾਸਤਾ ਨਹੀਂ ਪੈਣਾ ਅਸੀਂ ਉਹਨਾਂ ਦੇ ਬਾਰੇ ਵੀ ਸੁਣਦੇ ਰਹਿੰਦੇ ਆ ਬਿਲ ਕਲਿੰਟਨ ਦੇ ਕੋਲ ਆ ਕੁਝ ਹੈ ਵੱਡੇ ਵੱਡੇ ਜਿਹੜੇ ਇੰਡਸਟਰੀਆਂ ਵਾਲੇ ਨੇ ਵੱਡੇ ਵੱਡੇ ਸ਼ਾਹੂਕਾਰ ਲੋਕ ਨੇ ਉਹਨਾਂ ਕੋਲ ਆ ਕੁਝ ਹੈ ਉਹ ਸੁਣ ਸੁਣ ਕੇ ਉਹ ਗੱਲਾਂ ਜਿਨ੍ਹਾਂ ਦਾ ਕੋਈ ਸਾਡੇ ਨਾਲ ਜੀਵਨ ਨਾਲ ਕੋਈ ਸੰਦਰਭ ਨਹੀਂ ਜਿਨ੍ਹਾਂ ਬਾਤਾਂ ਦਾ ਕੋਈ ਸਾਡੇ ਜੀਵਨ ਚ ਪ੍ਰਯੋਜਨ ਨਹੀਂ ਅਸੀਂ ਆਪਣਾ ਸਮਾਂ ਖਰਾਬ ਕਰਦੇ ਆ ਬਾਦਸ਼ਾਹ ਕਹਿੰਦੇ ਕਿਸੇ ਕੋਲ ਬਹੁਤ ਕੁਝ ਵੀ ਹੋਵੇ ਕਿ ਉਹ ਸਦਾ ਉਹਦੇ ਕੋਲ ਰਹਿ ਹੈ ਜਾਂ ਉਹ ਰਹੇ ਨੇ ਉਹ ਆਪ ਵੀ ਨਹੀਂ ਰਹੇ ਤੂੰ ਕਿਉਂ ਇਹੋ ਜੀਆਂ ਗੱਲਾਂ ਸੁਣ ਕੇ ਜਿਨ੍ਹਾਂ ਦੇ ਵਿੱਚ ਤੇਰੇ ਕੋਈ ਜੀਵਨ ਦਾ ਤਾਤ ਪਰ ਜੀ ਨਹੀਂ ਹੈ ਆਪਣਾ ਸਮਾਂ ਬਰਬਾਦ ਕਰਦਾ ਬਾਦਸ਼ਾਹ ਇੱਥੇ ਸਪਸ਼ਟ ਕਰਦਿਆਂ ਕਹਿੰਦੇ ਸੁਣੋ ਸੁਣੋ ਭਾਈ ਪਰ ਅਸਲ ਵਿੱਚ ਸੁਣਨਾ ਉਹਨਾਂ ਦਾ ਪ੍ਰਵਾਣ ਹੈ ਅਸਲ ਵਿੱਚ ਸੁਣਨਾ ਉਹਨਾਂ ਦਾ ਪ੍ਰਵਾਣ ਹੈ ਜਿਹੜੇ ਆਪਣੇ ਨਾ ਸ਼ਰਵਣਾ ਨਾਲ ਪਰਮੇਸ਼ਰ ਦੀ ਸਿਫਤ ਸੁਣਦੇ ਨੇ ਅਕਾਲ ਪੁਰਖ ਦਾ ਨਾਮ ਸੁਣਦੇ ਨੇ ਪਰਮੇਸ਼ਰ ਦੀ ਵਡਿਆਈ ਸੁਣਦੇ ਉਹ ਕੰਨ ਸੁਣੀਏ ਦਾ ਮਤਲਬ ਕੰਨ ਉਹ ਕੰਨ ਪ੍ਰਵਾਣ ਨੇ ਉਹ ਕੰਨ ਸਫਲੇ ਨੇ ਉਹ ਸਰਵਣ ਸਫਲੇ ਨੇ ਜਿਨ੍ਹਾਂ ਸਰਵਣਾ ਨਾਲ ਮਹਾਰਾਜ ਜੀ ਕਹਿੰਦੇ ਤੂੰ ਸੱਚੇ ਧੰਨੇ ਦੀ ਸੋਭਾ ਸੁਣਦਾ ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਸੁਣਦਾ ਜੇ ਉਹ ਦੀ ਵਡਿਆਈ ਦੁਨੀਆਂ ਦੇ ਵੱਡੇ ਲੋਕਾਂ ਦੀਆਂ ਗੱਲਾਂ ਸੁਣ ਕੇ ਤੈਨੂੰ ਕੁਝ ਨਹੀਂ ਹਾਸਲ ਹੋਣ ਵਾਲਾ ਪਰ ਉਸ ਵੱਡੇ ਦੀਆਂ ਪਰਮੇਸ਼ਰ ਦੀਆਂ ਸਿਫਤਾਂ ਸੁਣ ਕੇ ਤੈਨੂੰ ਇਹ ਹਾਸਲ ਹੋਵੇਗਾ ਕਿ ਉਹਦੀਆਂ ਬਾਤਾਂ ਸੁਣ ਸੁਣ ਕੇ ਤੂੰ ਵੀ ਵੱਡਾ ਹੋ ਜਾਏਗਾ ਇਹ ਫਾਇਦਾ ਤੇ ਗੁਰਮਤ ਦੇ ਵਿੱਚ ਵੱਡਾ ਉਹ ਹੈ ਜਿਹਦੇ ਕੋਲ ਸ਼ੁਭ ਗੁਣਾ ਦੀ ਸੰਪਦਾ ਹੈ ਸ਼ੁਭ ਗੁਣਾ ਦੀ ਵਿਭੂਤੀ ਹੈ ਉਹ ਵੱਡਾ ਤੇ ਪਰਮੇਸ਼ਰ ਦੀ ਸਿਫ਼ਤ ਸੁਣਨ ਵਾਲੇ ਕੰਨ ਮਹਾਰਾਜ ਜੀ ਕਹਿੰਦੇ ਪ੍ਰਮਾਣ ਸੁਣੀਏ ਦਾ ਇੱਥੇ ਅਰਥ ਕਰਾਂਗੇ ਸਰਵਣ ਕੰਨ ਉਹ ਕੰਨ ਪ੍ਰਮਾਣ ਨੇ ਜਿਹੜੇ ਕੰਨ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫ਼ਤ ਨੂੰ ਸੁਣਦੇ ਨੇ ਸੱਚੇ ਧਣੀ ਨੂੰ ਸੁਣਦੇ ਨੇ ਜਾ ਇਦਾਂ ਕਹਿ ਲਿਓ ਸੱਚਾ ਧਣੀ ਬੋਲ ਰਿਹਾ ਪਰ ਸਾਨੂੰ ਸੁਣਾਈ ਨਹੀਂ ਦਿੰਦਾ ਸੁਣਾਈ ਇਸ ਕਰਕੇ ਨਹੀਂ ਦੇ ਰਿਹਾ ਕਿਉਂਕਿ ਸਾਡੇ ਕੰਨਾਂ ਦੇ ਵਿੱਚ ਬહેરાਪਨ ਹੈ ਸਾਡੇ ਕੰਨ ਬੋਲੇ ਹੋਏ ਫਿਰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਹੁ ਰੋਲ ਕਚੋੜਾ ਕੰਨ ਤਾਂ ਹਨ ਪਰ ਬੋਲੇ ਹੋ ਰਹੇ ਆ ਸਤਿਗੁਰਾਂ ਦਾ ਸ਼ਬਦ ਸਾਨੂੰ ਨਹੀਂ ਸੁਣਦਾ ਇੱਕ ਵਿਦਵਾਨ ਕਹਿੰਦਾ ਹੈ ਕਹਿੰਦਾ ਮੇਰੇ ਕੰਨਾਂ ਦੀ ਸੁਣਨ ਸ਼ਕਤੀ ਘਟ ਗਈ ਹੈ ਮੈਨੂੰ ਅਕਸਰ ਆਪਣੀ ਸਿਫਤ ਦੀ ਗੱਲ ਸੁਣ ਜਾਂਦੀ ਹੈ ਪਰ ਮੈਂ ਆਪਣੀ ਖਾਮੀ ਨਹੀਂ ਸੁਣਦਾ ਅਕਸਰ ਮੈਨੂੰ ਮੇਰੀ ਸਿਫਤ ਦੇ ਕਹੇ ਹੋਏ ਜਿਹੜੇ ਮੇਰੀ ਸਿਫਤ ਵਿੱਚ ਕਹੇ ਜਾਂਦੇ ਨੇ ਉਹ ਬੋਲ ਸੁਣ ਜਾਂਦੇ ਨੇ ਪਰ ਜਦੋਂ ਕੋਈ ਖਾਮੀ ਕਹੇ ਤਾਂ ਉਹ ਖਾਮੀ ਮੇਰੇ ਕੋਲੋਂ ਨਹੀਂ ਸੁਣੀ ਜਾਂਦੀ ਮੈਂ ਨਹੀਂ ਸੁਣਦਾ ਅਕਸਰ ਦੂਜਿਆਂ ਦੀ ਨਿੰਦਾ ਸੁਣ ਲੈਣਾ ਆਪਣੀ ਉਸਤਤ ਮੇਰੇ ਕੰਨਾਂ ਦੀ ਸੁਣਨ ਸ਼ਕਤੀ ਘਟ ਗਈ ਹੈ ਔਰੇ ਬੜੀ ਸੱਚਾਈ ਹੈ ਮੈਂ ਆਪਣੇ ਗੁਣ ਸੁਣ ਸਕਦਾ ਪਰ ਕੋਈ ਔਗਣ ਦੱਸੇ ਮੈਂ ਨਹੀਂ ਸੁਣ ਸਕਦਾ ਬਰਦਾਸ਼ ਨਹੀਂ ਕਰਾਂਗਾ ਸਤਗੁਰਾਂ ਦੇ ਸ਼ਬਦ ਗੁਰੂ ਕੀ ਬਾਣੀ ਸਾਡੇ ਔਗਣ ਦੱਸਦੀ ਹੈ ਸਾਡੀਆਂ ਖਾਮੀਆਂ ਦੱਸਦੀ ਹੈ ਜਿਸ ਕਰਕੇ ਸਾਡੇ ਕੰਨ ਬੋਲੇ ਹੋਏ ਨਹੀਂ ਸੁਣਦੇ ਕਹਾ ਬੁਝਾਰਤ ਬੁਝੇ ਡੋਰਾ ਇੱਕ ਬੋਲਿਆਂ ਦਾ ਟੱਬਰ ਸੀ ਸਾਰਾ ਟੱਬਰ ਬੋਲਿਆਂ ਦਾ ਹੁਣ ਬੋਲੇ ਹੋਣ ਕਰਕੇ ਇੱਕ ਦੂਜੇ ਦੀ ਗੱਲ ਨਹੀਂ ਸੀ ਸੁਣ ਸਕਦੇ ਬੋਲ ਜਰੂਰ ਸਕਦੇ ਸੀ ਕਲੇਸ਼ ਬਣਿਆ ਰਹਿਂਦਾ ਸੀ ਘਰ 'ਚ ਸਵੇਰੇ ਸਵੇਰੇ ਘਰ ਦਾ ਮੁਖੀਆ ਜਿਹੜਾ ਕੰਮਕਾਰ ਕਰਨ ਵਾਲਾ ਉਠਿਆ ਤੇ ਜਾਣ ਲੱਗਾ ਤੇ ਘਰ ਵਾਲੀ ਨੂੰ ਆਪਣੇ ਨੂੰ ਕਹਿੰਦਾ ਵੀ ਮੈਂ ਖੇਤ ਚੱਲਿਆਂ ਹਲ ਵਾਣ ਤੇ ਤੂੰ ਲੋ ਲੱਗਦੇ ਨੂੰ ਮੇਰੇ ਵਾਸਤੇ ਸ਼ਾਹ ਵੇੜਾ ਲੈ ਆਈ ਛੇਤੀ ਆ ਜੀ ਰੋਟੀ ਲੈ ਕੇ ਘਰ ਵਾਲੀ ਵੀ ਬੋਲੀ ਸੀ ਰੋਟੀ ਪਕਾਉਣ ਲੱਗ ਪਈ ਤੇ ਸੱਸ ਦੇ ਨਾਲ ਤੂੰ ਤੂੰ ਮੈਂ ਮੈਂ ਹੋ ਰਹੀ ਉਹ ਇਹਦੀ ਨਾ ਸਮਝੇ ਇਹਦੀ ਨਾ ਸਮਝੇ ਸੱਸ ਜਿਹੜੀ ਸੀ ਉਹ ਆਪਣੇ ਪਤੀ ਕੋਲ ਗਈ ਉਹ ਅੱਗੇ ਬਾਣ ਵਟਦਾ ਸੀ ਉਹਨੂੰ ਜਾ ਕੇ ਕਹੇ ਵੀ ਤੇਰੀ ਨੂੰ ਮੇਰੇ ਨਾਲ ਲੜਦੀ ਖਿਜ ਕੇ ਬੋਲਿਓ ਹੁਣ ਅੱਗੇ ਉਹਨੂੰ ਨਾ ਸਮਝ ਆਵੇ ਤੇ ਉਹ ਬਾਣ ਵਟਦਾ ਸੀ ਕਹਿੰਦਾ ਮੇਰੇ ਕੋਲੋਂ ਤਾਂ ਇਹੋ ਜਿਹੀ ਵਟੀਂਦਾ ਜੇ ਬਰੀਕ ਵਟਾਣਾ ਤੇ ਕਿਸੇ ਹੋਰ ਕੋਲੋਂ ਵਟਾ ਲਿਆ ਮੈਂ ਨਾਲੇ ਸਵੇਰ ਦਾ ਬਾਣ ਵਟਦਾ ਤੇ ਆ ਕੇ ਤੂੰ ਮੇਰੇ ਨਾਲ ਲੜੀ ਜਾਨੀ ਉਧਰ ਖੇਤਾਂ ਦੇ ਵਿੱਚ ਉਹ ਬਲਦਾਂ ਦੀ ਜੋੜੀ ਹੈ ਹਲ ਵਾ ਰਿਆ ਇੱਕ ਕੋਈ ਸਿਪਾਈ ਐ ਘੋੜੇ ਤੇ ਚੜਿਆ ਤੇ ਉਹ ਰਾਹ ਪੁੱਛਣ ਲੱਗਾ ਉਹਨੂੰ ਕਹਿੰਦਾ ਵੀ ਰਾਹ ਕਿੱਧਰ ਨੂੰ ਜਾਂਦਾ ਉਹਨੇ ਪੁੱਛਿਆ ਵੀ ਸ਼ਾਇਦ ਪੁੱਛਦਾ ਵੀ ਇਹ ਬਲਦ ਕਿੱਥੋਂ ਲਿਆਇਆ ਕਹਿੰਦਾ ਇੱਕ ਘਰ ਦਾ ਪਾਲਿਆ ਵਹਿੜ ਕਹ ਤੇ ਇੱਕ ਮੇਰੇ ਸਹੁਰਿਆਂ ਨੇ ਮੈਨੂੰ ਦਾਜ ਚ ਦਿੱਤਾ ਉਹ ਸਿਪਾਈ ਜਿਹੜਾ ਥਾਣੇ ਥਾਣੇਦਾਰ ਸੀ ਘੋੜੇ ਤੇ ਚੜਿਆ ਉਹਨੂੰ ਗੁੱਸਾ ਆਇਆ ਵੀ ਇਹ ਮੇਰੇ ਨਾਲ ਟਿਚਰਾ ਕਰਦਾ ਮੈਂ ਰਾਹ ਪੁੱਛਦਾ ਤੇ ਅੱਗੋਂ ਬਲਦਾਂ ਬਾਰੇ ਦੱਸੀ ਜਾਂਦਾ ਉਹਨੂੰ ਤਾਂ ਸੁਣਦਾ ਸੀ ਨਾ ਉਹਨੇ ਡਾਂਗ ਫੜੀ ਚੰਗੀ ਤਰ੍ਹਾਂ ਫੇਰੀ ਇਹਦੇ ਵੀ ਤੂੰ ਮੈਨੂੰ ਟਿਚਰਾ ਕਰਦਾ ਇਧਰੋਂ ਇਹਦੀ ਘਰ ਵਾਲੀ ਜਿਹੜੀ ਸੀ ਉਹ ਪ੍ਰਸ਼ਾਦਾ ਲੈ ਕੇ ਪਹੁੰਚ ਗਈ ਤੇ ਇਹਨੇ ਡਾਂਗ ਜਿਹੜੀ ਇਹਦੇ ਹੱਥ ਵਿੱਚ ਸੀ ਬਲਦ ਨੂੰ ਹੱਕਣ ਵਾਲੀ ਇਹਨੇ ਘਰ ਵਾਲੀ ਕੁੱਟਣੀ ਸ਼ੁਰੂ ਕਰ ਦਿੱਤੀ ਵੀ ਤੇਰੇ ਪੇਕਿਆਂ ਨੇ ਮੈਨੂੰ ਬਲਦ ਜਿਹੜਾ ਦਿੱਤਾ ਉਹ ਚੋਰੀ ਦਾ ਦਿੱਤਾ ਥਾਣੇਦਾਰ ਆਇਆ ਸੀ ਮੈਨੂੰ ਕੁੱਟ ਕੇ ਗਿਆ ਹੁਣ ਉਹ ਅੱਗੋਂ ਸਮਝੇ ਵੀ ਮੈਂ ਰੋਟੀ ਲੇਟ ਲਿਆਈ ਆ ਮੈਨੂੰ ਤਾਂ ਕੁੱਟਦਾ ਹੈ ਉਹ ਆਖੇ ਤੇਰੀ ਮਾਂ ਨੇ ਛਾਪਾ ਪਾਇਆ ਸੀ ਮੈਨੂੰ ਪਖਾਣ ਨਹੀਂ ਸੀ ਦਿੰਦੀ ਉਹਨੇ ਲੇਟ ਕਰਾਇਆ ਇੱਕ ਦੂਜੇ ਦੀ ਗੱਲ ਕੋਈ ਨਾ ਸਮਝੇ ਅਸਲੀਅਤ ਇਹੀ ਹੈ ਜਦੋਂ ਕੰਨਾਂ ਦੇ ਵਿੱਚ ਡੋਰਾਪਣ ਹੈ ਸਤਿਗੁਰਾਂ ਦੇ ਸ਼ਬਦ ਦੁਆਰਾ ਸਾਨੂੰ ਸਾਡੀਆਂ ਖਾਮੀਆਂ ਜਿਹੜੀਆਂ ਨੇ ਅਸੀਂ ਸੁਣਨਾ ਹੀ ਨਹੀਂ ਚਾਹੁੰਦੇ ਪਰ ਪਾਤਸ਼ਾਹ ਕਹਿੰਦੇ ਇਹ ਸ਼ਰਮਣ ਤੈਨੂੰ ਮਿਲੇ ਨੇ ਇਹਦੇ ਨਾਲ ਆਪਣੀਆਂ ਖਾਮੀਆਂ ਸੁਣ ਤੇ ਪਰਮੇਸ਼ਰ ਦੀਆਂ ਵਡਿਆਈਆਂ ਸੁਣੋ ਅਸਲ ਵਿੱਚ ਕੰਨ ਉਹੀ ਪ੍ਰਵਾਣ ਨੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਕੰਨਾਂ ਨਾਲ ਜਿਨ੍ਹਾਂ ਸ਼ਰਵਣਾ ਨਾਲ ਤੂੰ ਉਸ ਸੱਚੇ ਧਣੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਵਡਿਆਈਆਂ ਸੁਣਦਾ ਹੈ ਸੰਤ ਤਿੰਨ ਕੋਲ ਕੁਮਾਈ ਜਿਨ ਪ੍ਰਭ ਸਰਵਣੀ ਸੁਣਿਆ ਰਾਮ ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਮੈਂ ਉਹਨਾਂ ਤੋਂ ਕੋਲੀ ਜਾਵਾਂ ਉਹਨਾਂ ਤੋਂ ਵਾਰੇ ਜਾਵਾਂ ਉਹਨਾਂ ਤੋਂ ਕੁਰਬਾਨ ਹੋ ਹੋ ਜਾਵਾਂ ਕਿਹਨਾਂ ਤੋਂ ਜਿਨ੍ਹਾਂ ਨੇ ਆਪਣੇ ਕੰਨਾਂ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਸੁਣੀ ਜਿਨ੍ਹਾਂ ਨੇ ਆਪਣੇ ਸ਼ਰਬਨਾ ਨਾਲ ਵਾਹਿਗੁਰੂ ਪਰਮੇਸ਼ਰ ਦੀਆਂ ਸਿਫਤਾਂ ਸੁਣੀਆਂ ਨੇ ਮੈਂ ਉਹਨਾਂ ਤੋਂ ਵਾਰੇ ਮੈਂ ਉਹਨਾਂ ਤੋਂ ਬਲਿਹਾਰ ਉਹਨਾਂ ਤੋਂ ਕੁਰਬਾਨ ਇਹ ਸਰਬਣ ਮਿਲੇ ਹੀ ਪਰਮੇਸ਼ਰ ਦੀ ਸਿਫਤ ਵਾਸਤੇ ਨੇ ਮਹਾਰਾਜ ਜੀ ਦੇ ਬਚਨ ਨੇ ਸਰਬਣੋ ਮੇਰਿਓ ਸਾਚੈ ਸੁਨਣੈ ਨੂੰ ਪਠਾਏ ਸਰੀਰ ਲਾਏ ਸੁਨਹੁ ਸਤਿ ਬਾਣੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਹੁਕਮ ਕਰਦੇ ਹੈ ਸਰਬਣੋ ਮੇਰਿਓ ਤੁਹਾਨੂੰ ਇਹ ਸੰਸਾਰ ਦੇ ਵਿੱਚ ਪਰਮੇਸ਼ਰ ਨੇ ਮੇਰੇ ਤਨ ਨਾਲ ਲਾ ਕੇ ਇਸ ਕਰਕੇ ਭੇਜਿਆ ਹੈ ਇਹ ਤੁਸੀਂ ਹਰੀ ਵਾਹਿਗੁਰੂ ਪਰਮੇਸ਼ਰ ਦੀ ਅੰਮ੍ਰਿਤ ਬਾਣੀ ਨੂੰ ਸੁਣੋ ਜਿਸ ਨੂੰ ਸੁਣ ਕੇ ਤੇਰਾ ਮਨ ਤੇ ਤਨ ਦੋਵੇਂ ਹਰੇ ਭਰੇ ਹੋ ਜਾਣਗੇ ਯਾਨੀ ਕਿ ਸਫਲੇ ਹੋ ਜਾਣਗੇ ਖੇੜੇ ਚ ਆ ਜਾਣਗੇ ਉਹਨਾਂ ਤੋਂ ਬਲਿਹਾਰ ਉਹਨਾਂ ਤੋਂ ਕੁਰਬਾਨ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੀ ਸੋਭਾ ਨੂੰ ਆਪਣੇ ਸਰਬਣਾ ਨਾਲ ਸੁਣਦੇ ਹਨ ਸੇ ਸਹਿਜ ਸੁਹਿਲੇ ਜਿਨ ਹਰ ਹਰ ਰਸਨਾ ਭਣਿਆ ਰਾਮ ਉਹ ਸਹਿਜੇ ਹੀ ਸੁਹੇਲੇ ਸੁਖੀ ਹੋ ਜਾਂਦੇ ਨੇ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਹ ਸਹਿਜੇ ਹੀ ਸੁਖੀ ਹੋ ਜਾਂਦੇ ਨੇ ਇਸ ਲੋਕ ਪਰਲੋਕ ਦੋਹਾਂ ਜਹਾਨਾਂ ਚ ਸੁਖੀ ਹੋ ਜਾਂਦੇ ਨੇ ਪੁੱਛਿਆ ਜੀ ਮਹਾਰਾਜ ਕੌਣ ਸੁਖੀ ਹੋ ਜਾਂਦੇ ਨੇ ਤਾਂ ਪੰਚਮ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਆਪਣੀ ਰਸਨਾ ਨਾਲ ਹਰੀ ਪਰਮੇਸ਼ਰ ਦਾ ਨਾਮ ਜਪਿਆ ਜੈ ਨ ਹਰ ਹਰ ਰਸਨਾ ਪੜਿਆ ਰਾਮ ਉਹ ਸਹਜੇ ਹੀ ਸੁਖੀ ਹੋ ਗਏ ਉਹ ਸੁਭਾਵਕ ਹੀ ਸੁਖੀ ਹੋ ਗਏ ਮਹਾਰਾਜ ਜੀ ਕਹਿੰਦੇ ਜਿਹੜੇ ਆਪਣੀ ਰਸਨਾ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਪੜਦੇ ਨੇ ਯਾਨੀ ਕਿ ਜਪਦੇ ਨੇ ਉਚਾਰਦੇ ਨੇ ਉਹ ਸੁਭਾਵਕ ਹੀ ਸੁਖੀ ਇਸ ਲੋਕ ਵਿੱਚ ਵੀ ਸੁਖੀਏ ਹੋ ਗਏ ਪਰਲੋਕ ਵਿੱਚ ਵੀ ਸੁਹੇਲੇ ਹੋ ਗਏ ਸਹਿਜ ਸੁਹੇਲੇ ਗੁਣ ਅਮੋਲੇ ਜਗਤ ਉਧਾਰਣ ਆਏ ਉਹ ਸਹਿਜੇ ਸੁਖੀ ਹੋਏ ਅਮੋਲਕ ਗੁਣਾ ਨੂੰ ਧਾਰਨ ਕਰਨ ਵਾਲੇ ਹੁੰਦੇ ਨੇ ਔਰ ਇਹੋ ਜਿਹੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਇਹ ਸੰਸਾਰ ਦੇ ਵਿੱਚ ਆਉਂਦੇ ਹੀ ਇਸ ਕਰਕੇ ਨੇ ਕਿ ਜਗਤ ਦੇ ਜੀਵਾਂ ਦਾ ਉਧਾਰ ਕਰਨ ਜਗਤ ਉਧਾਰਣ ਆਏ 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 ਜੋ ਜੇ ਰੱਬ ਦੇ ਪਿਆਰੇ ਨਾਮ ਜਪਣ ਵਾਲੇ ਉਹ ਆਪ ਤਾਂ ਤਰਦੇ ਹੀ ਜਗਤ ਦੇ ਜੀਵਾਂ ਨੂੰ ਉਧਾਰਨ ਦੇ ਮਿਤ ਆਉਂਦੇ ਹਨ ਉਹਨਾਂ ਦਾ ਆਵਣਾ ਕੇਵਲ ਜੀਵਾਂ ਦੇ ਉਧਾਰਨ ਦੇ ਮਿਤ ਹੁੰਦਾ ਹੈ ਹਾਂਜੀ ਪੈ ਬੋਹਿਤ ਸਾਗਰ ਪ੍ਰਭ ਚਰਣਾ ਕੇਤੇ ਪਾਰ ਲੰਘਾਏ ਕਹਿੰਦੇ ਇਹ ਸੰਸਾਰ ਭੈ ਸਾਗਰ ਹੈ ਇਹਨੂੰ ਅਨਵਹਿ ਕਰਕੇ ਅਰਥ ਹੋਵੇਗਾ ਵੇਖੋ ਪੈ ਬੋਹਿਤ ਸਾਗਰ ਪ੍ਰਭ ਚਰਣਾ ਇਹਦਾ ਅਰਥ ਇਹਨੂੰ ਅਨਵਹਿ ਕਰਕੇ ਭੈ ਸਾਗਰ ਬੋਹਿਤ ਪੈ ਸਾਗਰ ਬੋਹਿਥ ਪ੍ਰਭ ਚਰਣਾ ਇਹਦਾ ਅਨਵੇ ਹੋਵੇਗਾ ਉਦਾਂ ਲਿਖਿਆ ਹੈ ਪੈ ਬੋਹਿਥ ਸਾਗਰ ਪ੍ਰਭ ਚਰਣਾ ਪਰ ਅਰਥ ਹੋਵੇਗਾ ਪੈ ਸਾਗਰ ਬੋਹਿਥ ਪ੍ਰਭ ਚਰਣਾ ਕਿ ਆ ਸੰਸਾਰ ਸਮੁੰਦਰ ਹੈ ਢਰ ਦਾ ਸਮੁੰਦਰ ਹੈ ਸਮੁੰਦਰ ਦੀ ਮੱਝ ਧਾਰ ਵਿੱਚ ਕੋਈ ਫਸਿਆ ਹੋਵੇ ਤਾਂ ਡਰੇਗਾ ਹੀ ਨਾ ਇਸ ਪੈ ਸਾਗਰ ਸੰਸਾਰ ਤੋਂ ਤਰਨ ਲਈ ਪਰਮੇਸ਼ਰ ਦੇ ਜਿਹੜੇ ਚਰਨ ਨੇ ਉਹ ਜਹਾਜ਼ ਹਨ ਪੈ ਬੋਹਿਤ ਸਾਗਰ ਪ੍ਰਭ ਚਰਣਾ ਪਰਮੇਸ਼ਰ ਦੇ ਚਰਨ ਕੇਤੇ ਪਾਰ ਲੰਘਾਏ ਪਤਾ ਨਹੀਂ ਕਿਤਨੇ ਕ ਜੀਵ ਨੇ ਜਿਨ੍ਹਾਂ ਨੂੰ ਆਪਣੇ ਚਰਣਾ ਦੇ ਜਹਾਜ਼ ਤੇ ਤ ਰਖ ਬਿਠਾ ਕੇ ਆਸਰਾ ਦੇ ਕੇ ਮਹਾਰਾਜ ਜੀ ਨੇ ਸੰਸਾਰ ਤੋਂ ਪਾਰ ਲੰਘਾ ਦਿੱਤੇ ਨੇ ਕਿੰਨੇ ਹੀ ਨੇ ਉਹਨਾਂ ਦੀ ਗਿਣਤੀ ਮਿੰਤੀ ਨਹੀਂ ਕਿੰਨਿਆਂ ਨੂੰ ਪਾਰ ਉਤਾਰ ਦਿੱਤਾ ਤੇ ਕਿੰਨਿਆਂ ਨੂੰ ਉਤਾਰ ਰਹੇ ਨੇ ਤੇ ਕਿੰਨਿਆਂ ਨੂੰ ਅੱਗੇ ਉਤਾਰਨਗੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਜਹਾਜ਼ ਹਨ ਔਰ ਇਹ ਸੰਸਾਰ ਸਮੁੰਦਰ ਹੈ ਗੁਰੂ ਚਰਨਾਂ ਦੇ ਆਸਰੇ ਜਿਹੜੇ ਜੀਵ ਲੱਗ ਗਏ ਉਹ ਸਭ ਭਵ ਸਾਗਰ ਤੋਂ ਸੰਸਾਰ ਤੋਂ ਤਰ ਗਏ ਜਿਨਕੋ ਕਿਰਪਾ ਕਰੀ ਮੇਰੇ ਠਾਕੁਰ ਤਿਨ ਕਾ ਲੇਖਾ ਨਾ ਗਣਿਆ ਜਿਨਾ ਤੇ ਮੇਰੇ ਠਾਕੁਰ ਨੇ ਮੇਰੇ ਪ੍ਰਭੂ ਨੇ ਵਾਹਿਗੁਰੂ ਨੇ ਵਿਦਾਤੇ ਨੇ ਕਿਰਪਾ ਕੀਤੀ ਤਿਨ ਕਾ ਲੇਖਾ ਨਾ ਗਣਿਆ ਉਹਨਾਂ ਦਾ ਲੇਖਾ ਨਹੀਂ ਮਹਾਰਾਜ ਜੀ ਨੇ ਗਿਣਤੀ ਮਿਣਤੀ ਨਹੀਂ ਕੀਤੀ ਭਾਈ ਤੇਰਾ ਲੇਖ ਹੈ ਤੂੰ ਆ ਉਹਨਾਂ ਦਾ ਲੇਖਾ ਹੀ ਨਹੀਂ ਗਿਣਿਆ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਕੀਤਾ ਜਿਨ੍ਹਾਂ ਤੇ ਮੇਰੇ ਮਾਲਕ ਨੇ ਆਪਣੀ ਕਿਰਪਾ ਕੀਤੀ ਨਹੀਂ ਵੇਖਿਆ ਕੌੜਿਆ ਤੂੰ ਬੜੇ ਬੰਦੇ ਤਲ-ਤਲ ਖਾਦੇ ਨੇ ਪਹਿਲਾਂ ਇਹਦਾ ਹਿਸਾਬ ਕਰੀਏ ਨਹੀਂ ਆਖਿਆ ਨੂਰ ਸ਼ਾ ਜਾਦੂਗਰਨੀ ਨੂੰ ਕਿ ਪਹਿਲਾਂ ਤੇਰੇ ਕਰਮਾਂ ਦਾ ਨਿਰਣਾ ਕਰੀਏ ਲੇਖਾ ਜੋਖਾ ਕਰੀਏ ਬਸ ਜਦੋਂ ਕਿਰਪਾ ਕੀਤੀ ਤੇ ਕੋਈ ਲੇਖਾ ਨਹੀਂ ਗਿਣਿਆ ਨਹੀਂ ਗਿਣਿਆ ਬਾਬਾ ਵਿਧੀ ਚੰਦ ਸਾਹਿਬ ਦਾ ਕੋਈ ਲੇਖਾ ਵੀ ਤੈਂ ਬੜੀਆਂ ਚੋਰੀਆਂ ਕਰਦਾ ਰਹਿਓ ਜਦੋਂ ਗੁਰੂ ਅਰਜਨ ਦੇਵ ਸਾਹਿਬ ਨੇ ਕਿਰਪਾ ਕੀਤੀ ਲੇਖੇ ਤੋਂ ਮੁਕਤ ਕਰ ਦਿੱਤਾ ਹੈ ਇਹ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੁਭਾਅ ਹੈ ਜਿਨ੍ਹਾਂ ਤੇ ਆਪਣੀ ਕਿਰਪਾ ਕਰਦੇ ਨੇ ਉਹਨਾਂ ਦਾ ਲੇਖਾ ਨਹੀਂ ਗਿਣਦੇ ਕਹੋ ਨਾਨਕ ਤਿਸ ਕੋਲ ਕੁਮਾਈ ਜਿਨ ਪ੍ਰਭ ਸਰਵਣੀ ਸੁਣਿਆ ਧੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਕੋਲ ਕੁਮਾਈ ਉਹਨਾਂ ਤੋਂ ਵਾਰੇ ਜਾ ਉਨਾਂ ਤੋਂ ਕੋਲ ਕੁਮਾਈ ਉਨਾਂ ਤੋਂ ਬਾਰੇ-ਬਾਰੇ ਜਾਈਏ ਉਨਾਂ ਤੋਂ ਕੁਰਬਾਨ ਜਾਈਏ ਜਿਹੜੇ ਆਪਣੇ ਸ਼ਰਵਣਾ ਨਾਲ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮ ਪਰਮੇਸ਼ਰ ਦੀ ਸੋਭਾ ਸੁਣਦੇ ਹਨ ਨਿਰੰਕਾਰ ਦੀ ਵਡਿਆਈ ਸੁਣਦੇ ਹਨ ਉਨਾਂ ਤੋਂ ਬਾਰੇ ਜਾਈਏ ਉਨਾਂ ਤੋਂ ਕੁਰਬਾਨ ਜਾਈਏ ਲੜੀਵਾਰ ਕਥਾ 744 ਅੰਗ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਪਹੁੰਚੀ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਦੇ ਪਾਵਨ ਅੰਮ੍ਰਿਤ ਵਚਨਾਂ ਦੀ ਵਿਚਾਰ ਆਪ ਜੀ ਸਰਵਣ ਕਰ ਰਹੇ। ਰਾਗ ਸੂਹੀ ਹੈ। ਜਗਤ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀ ਸੁਰਤ ਜੋੜਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ 5 ਅੰਮ੍ਰਿਤ ਵਚਨ ਸਾਧ ਕੀ ਬਾਣੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਰਾਗ ਸੂਹੀ ਵਿੱਚ ਅੰਮ੍ਰਿਤ ਵਚਨ ਉਚਾਰਦੇ ਨੇ ਕਿ ਸਾਧੂਆਂ ਦੀ ਜਿਹੜੀ ਬਾਣੀ ਹੈ ਨਾ ਉਹ ਅੰਮ੍ਰਿਤ ਵਚਨ ਨੇ ਮਹਾਂਪੁਰਸ਼ਾਂ ਦੀ ਭਗਤਾਂ ਦੀ ਬਾਣੀ ਅੰਮ੍ਰਿਤ ਵਚਨ ਨੇ ਚਾਹੇ ਕਬੀਰ ਜੀ ਨੇ ਉਚਾਰਨ ਕੀਤੇ ਨੇ ਚਾਹੇ ਰਬਦਾਸ ਜੀ ਨੇ ਉਚਾਰਨ ਕੀਤੇ ਨੇ ਨਾਮਦੇਵ ਜੀ ਨੇ ਉਚਾਰਨ ਕੀਤੇ ਨੇ ਰਾਮਾਨੰਦ ਜੀ ਮਹਾਰਾਜ ਜੀ ਨੇ ਉਚਾਰਨ ਕੀਤੇ ਨੇ ਪਰਮਾਨੰਦ ਜੀ ਨੇ ਉਚਾਰੇ ਨੇ ਭਗਤ ਜੈਦੇਵ ਜੀ ਨੇ ਉਚਾਰੇ ਨੇ ਭਗਤ ਤਰਲੋਚਨ ਜੀ ਨੇ ਉਚਾਰੇ ਨੇ ਭਗਤ ਸੂਰਦਾਸ ਜੀ ਉਚਾਰਦੇ ਨੇ ਭਗਤ ਧੰਨਾ ਜੀ ਉਚਾਰਦੇ ਨੇ ਭਗਤ ਬੇਣੀ ਜੀ ਉਚਾਰਦੇ ਨੇ ਸੈਣ ਜੀ ਉਚਾਰਦੇ ਨੇ ਇਹਨਾਂ ਮਹਾਪੁਰਸ਼ਾਂ ਸਾਧੂਆਂ ਦੀ ਇਹ ਬਾਣੀ ਅੰਮ੍ਰਿਤ ਹੈ ਅੰਮ੍ਰਿਤ ਕਿਉਂ ਹੈ ਮੁਰਦਿਆਂ ਨੂੰ ਜੀਵਤ ਕਰਦੀ ਹੈ ਸਾਧੂਆਂ ਦੀ ਬਾਣੀ ਮੁਰਦਿਆਂ ਨੂੰ ਜਿਉਂਦਾ ਕਰਦੀ ਜੋ ਮਰ ਗਏ ਨੇ ਰੱਬ ਦੀ ਤਰਫੋਂ ਪਰਮੇਸ਼ਰ ਵੱਲੋਂ ਜਿਹੜੇ ਜੀਵ ਮਰੇ ਹੋਏ ਨੇ ਰੱਬ ਦੀ ਤਰਫੋਂ ਪਰਮੇਸ਼ਰ ਵੱਲੋਂ ਜਿਹੜੇ ਮਰੇ ਹੋਏ ਨੇ ਉਹਨਾਂ ਨੂੰ ਸਤਿਗੁਰੂ ਜੀ ਦੇ ਪਿਆਰਿਆਂ ਮਹਾਪੁਰਸ਼ਾਂ ਦੀ ਬਾਣੀ ਸੁਰਜੀਤ ਕਰਦੀ ਹੈ ਰੱਬ ਤਰਫੋਂ ਜੀਵਤ ਕਰ ਦਿੰਦੀ ਹੈ ਤੇ ਸੰਸਾਰ ਵੱਲੋਂ ਮਾਰ ਦਿੰਦੇ ਨੇ ਸੰਸਾਰ ਵੱਲੋਂ ਮਰ ਕੇ ਰੱਬ ਤਰਫੋਂ ਜੀਵਤ ਹੋ ਜਾਂਦੇ ਨੇ ਉਹ ਉਸ ਬਾਣੀ ਨੂੰ ਕਹਿੰਦੇ ਅੰਮ੍ਰਿਤ ਬਾਣੀ ਸਤਿਗੁਰਾਂ ਦੀ ਇਹ ਜਿਤਨੀ ਬਾਣੀ ਹੈ ਇਹ ਅੰਮ੍ਰਿਤ ਹੈ। ਇਹਨੂੰ ਗੁਰਦੇਵ ਨੇ ਚਿਮ-ਚਿਮ ਵਰਸਾ ਅੰਮ੍ਰਿਤ ਧਾਰਾ ਕਿਹਾ। ਇਹ ਢਿੱਕੀ ਨਿੱਕੀ ਕਣੀ ਦਾ ਅੰਮ੍ਰਿਤ ਦੀਆਂ ਬੂੰਦਾਂ ਦਾ ਮੀਂਹ ਹੈ। ਜੋ ਸਾਡੇ ਜੀਵਨ ਨੂੰ ਸਰ ਸਬਜ ਕਰਦਾ। ਤੋ ਸਾਧੂਆਂ ਦੀ ਰੱਬ ਦੇ ਪਿਆਰਿਆਂ ਦੀ ਜਿਹੜੀ ਬਾਣੀ ਹੈ ਉਹ ਅੰਮ੍ਰਿਤ ਬਾਣੀ ਹੈ ਅੰਮ੍ਰਿਤ ਬਚਨ ਸਾਧਕੀ ਬਾਣੀ ਸਾਧੂ ਜਨਾਂ ਦੀ ਬਾਣੀ ਅੰਮ੍ਰਿਤ ਹੈ ਹਾਂਜੀ ਜੋ ਜੋ ਜਪੈ ਤਿਸ ਕੀ ਗਤਿ ਹੋਵੇ ਹਰ ਹਰ ਨਾਮ ਨਿਤ ਰਸਨ ਬਖਾਨੀ ਜਿਹੜਾ ਜਿਹੜਾ ਇਸ ਬਾਣੀ ਨੂੰ ਜਪਦਾ ਹੈ ਜਿਹੜਾ ਜਿਹੜਾ ਵੀ ਜਪਦਾ ਹੈ ਯਾਨੀ ਕਿ ਪੜਦਾ ਹੈ ਚਾਹੇ ਸੁਣਦਾ ਇੱਥੇ ਜਦੋਂ ਜੋ ਜੋ ਕਿਹਾ ਨਾ ਜੋ ਜੋ ਦਾ ਮਤਲਬ ਹੈ ਕਿ ਜੋ ਕਿਸੇ ਵੀ ਵਰਣ ਨਾਲ ਕਿਸੇ ਵੀ ਜਾਤੀ ਨਾਲ ਕਿਸੇ ਵੀ ਮذਬ ਨਾਲ ਸੰਬੰਧ ਰੱਖਦਾ ਹੋਵੇ ਇੱਥੇ ਕੋਈ ਸ਼ਰਤ ਲਾਗੂ ਨਹੀਂ ਕੀਤੀ ਕਿ ਕੱਲਾ ਸਿੱਖ ਪੜ੍ਹੇਗਾ ਜਪੇਗਾ ਸੁਣੇਗਾ ਉਹ ਮੁਕਤ ਹੋਵੇਗਾ ਜਾਂ ਕੱਲਾ ਹਿੰਦੂ ਪੜੇਗਾ ਉਹ ਮੁਕਤ ਹੋਵੇਗਾ ਜਾਂ ਕੱਲਾ ਮੁਸਲਮਾਨ ਪੜੇਗਾ ਉਹ ਮੁਕਤ ਹੋਵੇਗਾ ਜਾਂ ਕੱਲਾ ਖੱਤਰੀ ਪੜੇਗਾ ਉਹ ਮੁਕਤ ਹੋਵੇਗਾ ਜਾਂ ਕੱਲਾ ਬ੍ਰਾਹਮਣ ਪੜੇਗਾ ਜਾਂ ਵੈਸ਼ ਜਾਂ ਸ਼ੂਦਰ ਪੜੇਗਾ ਤੇ ਮੁਕਤ ਹੋਵੇਗਾ ਇੱਥੇ ਜਦੋਂ ਜੋ ਜੋ ਜਪੇ ਜਿਹੜਾ ਜਿਹੜਾ ਵੀ ਜਪੇਗਾ ਇਸ ਅੰਮ੍ਰਿਤ ਬਾਣੀ ਨੂੰ ਜਿਹੜਾ ਵੀ ਪੜ੍ਹੇਗਾ ਜਿਹੜਾ ਵੀ ਸੁਣੇਗਾ ਤਿਸ ਕੀ ਗਤ ਹੋਵੇ ਉਹਦੀ ਮੁਕਤੀ ਹੋਵੇਗੀ ਬਿਨਾਂ ਕਿਸੇ ਸ਼ਰਤ ਤੋਂ ਕਿ ਤੂੰ ਬ੍ਰਾਹਮਣ ਹੈ ਤੂੰ ਖੱਤਰੀ ਹੈ ਸ਼ੂਦਰ ਹੈ ਵੈਸ਼ ਹੈ ਇਹ ਸ਼ਰਤ ਨਹੀਂ ਲੱਗੇਗੀ ਜਿਹੜਾ ਜਪੇਗਾ ਇਸ ਬਾਣੀ ਨੂੰ ਪੜ੍ਹੇਗਾ ਸੁਨੇਗਾ ਉਹਦੀ ਮੁਕਤੀ ਅਵਸ਼ਯ ਹੋਵੇਗੀ ਹਰ ਹਰ ਨਾਮ ਨਿਤ ਰਸਨ ਬਖਾਨੀ ਔਰ ਇਸ ਪਾਵਨ ਬਾਣੀ ਦੇ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਰੱਬ ਦੇ ਪਿਆਰੇ ਆਪਣੀ ਦਸਨਾ ਤੋਂ ਵਖਾਣਦੇ ਹਨ ਰਹਾਉ ਕਲੀ ਕਾਲ ਕੇ ਮਿਟੇ ਕਲੇਸ਼ ਇਸ ਪਾਵਨ ਬਾਣੀ ਤੇ ਪਰਮੇਸ਼ਰ ਦੇ ਨਾਮ ਦਾ ਇਹ ਪ੍ਰਤਾਪ ਹੈ ਕਿ ਕਲੀ ਕਾਲ ਦੇ ਜਿਤਨੇ ਵੀ ਕਲੇਸ਼ ਨੇ ਮਿਟ ਜਾਂਦੇ ਨੇ ਕਲੀ ਕਾਲ ਦੇ ਕਲਯੁਗ ਦੇ ਕਲੇਸ਼ ਕਲੀ ਕਾਲ ਦੇ ਕਲੇਸ਼ ਕਿਹੜੇ ਹਨ ਇਹ ਕਲੀ ਕਾਲ ਦੇ ਕਲੇਸ਼ ਨੇ ਕਦੇ ਕਾਮ ਕਦੇ ਕ્રોਧ ਦੀਰਖਾ ਬਖੀਲੀ ਦੁਐਸ਼ੇ ਸਾਰੇ ਕਲ ਕਲੇਸ਼ ਹੀ ਨੇ ਓਰੇ ਜਿਤਨੇ ਵੀ ਕਲ ਕਲੇਸ਼ ਨੇ ਕਲੀ ਕਾਲ ਦੇ ਪਾਤਸ਼ਾਹ ਕਹਿੰਦੇ ਸਤਗੁਰਾਂ ਦੇ ਇਸ ਅੰਮ੍ਰਿਤ ਬਾਣੀ ਦੀਆਂ ਕੁੱਟਾਂ ਪੀਣ ਵਾਲਿਆਂ ਨੂੰ ਇਹ ਕਲੇਸ਼ ਨਹੀਂ ਵਿਆਪਣਗੇ ਉਹਨਾ ਕਲਿਕਾਲ ਦੇ ਕਲੇਸ਼ਾਂ ਤੋਂ ਮੁਕਤ ਹੋ ਜਾਣਗੇ ਕਲੇਸ਼ ਬਿਟ ਜਾਣਗੇ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਹਾਂਜੀ ਇਕੋ ਨਾਮ ਮਨ ਵਿੱਚ ਪ੍ਰਵੇਸ਼ਾ ਇਕੋ ਨਾਮ ਹਰੀ ਵਾਹਿਗੁਰੂ ਪਰਮੇਸ਼ਰ ਦਾ ਇਸ ਮਨ ਚ ਪ੍ਰਵੇਸ਼ ਕਰੇਗਾ ਸਾਧੂ ਧੂਰ ਮੁਖ ਮਸਤਕ ਲਾਈ ਇਹੋ ਜੇ ਸਾਧੂ ਜਿਨ੍ਹਾਂ ਦੀ ਬਾਣੀ ਦਾ ਐਡਾ ਵੱਡਾ ਪ੍ਰਤਾਪ ਹੈ ਉਹਨਾਂ ਮਹਾਂਪੁਰਸ਼ਾਂ ਸਾਧੂਆਂ ਦੇ ਚਰਨਾਂ ਦੀ ਧੂੜ ਮੈਂ ਆਪਣੇ ਮੱਥੇ ਤੇ ਲਾਉਂਦਾ ਹਲਮੀ ਸਹਿਤ ਉਹਨਾਂ ਦੇ ਚਰਨਾਂ 'ਚ ਨਿਮਰਤਾ ਸਾਥ ਰਹਿਂਦਾ ਐਸੇ ਸਾਧੂ ਉਹਨਾਂ ਸਾਧੂ ਜਨਾਂ ਦੇ ਚਰਨਾਂ ਦੀ ਧੂੜ ਮੈਂ ਆਪਣੇ ਮੁਖ ਮਸਤਕ ਤੇ ਲਾਉਂਦਾ ਹਾਂ ਅਥੇ ਤੇ ਲਾਉਂਦਾ ਹਾਂ ਜਿਨ੍ਹਾਂ ਸਾਧੂਆਂ ਦੀ ਬਾਣੀ ਮੁਰਦਿਆਂ ਨੂੰ ਜਿਉਂਦਾ ਕਰਦੀ ਹੋਵੇ ਪ੍ਰਤੱਖ ਪ੍ਰਮਾਣ ਮਹਾਪੁਰਸ਼ਾਂ ਸਾਧੂਆਂ ਦੇ ਜੀਵਨ 'ਚੋਂ ਮਿਲਤੇ ਹਨ ਸਨ ਸ੍ਰੀ ਗੁਰੂ ਹਰ राय ਸਾਹਿਬ ਸਤਵੇਂ ਪਾਤਸ਼ਾਹ ਦਾ ਦਰਬਾਰ ਸਜਿਆ ਕਰਤਾਰਪੁਰ ਸਾਹਿਬ ਇੱਕ ਬ੍ਰਾਹਮਣ ਮਹਾਰਾਜ ਜੀ ਦੇ ਦਰਵਾਜ਼ੇ ਤੇ ਆ ਕੇ ਚੀਖ ਝਾੜਾ ਪਾਉਣ ਲੱਗਾ ਸਤਿਗੁਰਾਂ ਸੁਨੇਹਾ ਭੇਜਿਆ ਕਿ ਪੁੱਛੋ ਭਾਈ ਕੌਣ ਹੈ ਕਿਉਂ ਰੋਂਦਾ ਹੈ ਉਨੇ ਆਪਣੀ ਵਾਰਤਾ ਦੱਸੀ ਗੁਰੂ ਸਾਹਿਬ ਨੂੰ ਪਤਾ ਲੱਗਾ ਕਿ ਬ੍ਰਾਹਮਣ ਕਹਿੰਦਾ ਜੀ ਉਹਦਾ ਇੱਕ ਲੜਕਾ ਹੈ ਹਾਲੇ ਗੱਭਰੂ ਉਮਰ ਦੇ ਵਿੱਚ ਹੈ ਇੱਕੋ ਇੱਕ ਲੜਕਾ ਹੈ ਉਹਦੀ ਮੌਤ ਹੋ ਗਈ ਹੈ ਉਹ ਦਰਵਾਜ਼ੇ ਤੇ ਪਿਆਰ ਹੁੰਦਾ ਹੈ ਕਹਿੰਦਾ ਮੇਰੇ ਪੁੱਤਰ ਨੂੰ ਜਵਾਓ ਨਹੀਂ ਤਾਂ ਅਸੀਂ ਵੀ 도ਵੇਂ ਉਹਦੀ ਪੰਡਤਾਣੀ ਬ੍ਰਾਹਮਣੀ ਵੀ ਨਾਲ ਆਈ ਹੈ ਅਸੀਂ ਇੱਥੇ ਦਰਵਾਜ਼ੇ ਤੇ ਆਪਣਾ ਆਤਮ ਦਾ ਕਰਦੇ ਆਂਗੇ ਮਰ ਜਾਵਾਂਗੇ ਸਤਗੁਰਾਂ ਬਚਨ ਕੀਤਾ ਉਹਨੂੰ ਆਖੋ ਵਾਹਿਗੁਰੂ ਦਾ ਹੁਕਮ ਹੈ ਵਰਤ ਗਿਆ ਹੈ ਹੁਣੇ ਪਰਮੇਸ਼ਰ ਇੱਕ ਗੁਰਨਾਨਕ ਦਾ ਘਰ ਹੈ ਅਸੀਂ ਰੱਬ ਦੇ ਸ਼ਰੀਕ ਨਹੀਂ ਹਾਂ ਕਿ ਰੱਬ ਮਾਰੇ ਤੇ ਅਸੀਂ ਜਬਾਈਏ ਅਸੀਂ ਤਾਂ ਕਾਲਪੁਰਖ ਪਰਮੇਸ਼ਰ ਦੇ ਘਰ ਦੇ ਦਰ ਦੇ ਸੇਵਕ ਹਾਂ ਉਹਦੇ ਸ਼ਰੀਕ ਨਹੀਂ ਹਾਂ ब्राह्मण ਜਿੱਦ ਕਰਕੇ ਬੈਠਾ ਤੇ ਕੁਝ ਸਿੱਖ ਵਿੱਚੋਂ ਬੋਲਣ ਲੱਗ ਪਏ ਮਹਾਰਾਜ ਚਲੋ ਕਰ ਦਿਓ ਕਿਰਪਾ ਮਹਾਰਾਜ ਤੁਹਾਡੇ ਵਾਸਤੇ ਕਿਹੜਾ ਔਖਾ ਹੈ ਵਾਹਿਗੁਰੂ ਜੀ ਸਤਵੇਂ ਪਾਤਸ਼ਾਹ ਜੀ ਫਿਰ ਵੀ ਰਸ ਵਿੱਚ ਆਏ ਕਹਿੰਦੇ ਅੱਛਾ ਇੰਨਾ ਏ ਤੌਂਦਾ ਤੇ ਦੱਸੋ ਤੁਹਾਡੇ ਚੋਂ ਕਿਹੜਾ ਆਪਣੇ ਪ੍ਰਾਣ ਤਿਆਗਦਾ ਹੈ ਤੁਹਾਡੇ ਚੋਂ ਕੋਈ ਮਰ ਜੇ ਉਹਨੂੰ ਜਵਾ ਦਿੰਨੇ ਆ ਜਦੋਂ ਇਹ ਬਚਨ ਕਹੇ ਤੇ ਹੁਣ ਇਹਨਾਂ ਵਿੱਚੋਂ ਕੌਣ ਮਰੇ ਸਾਰੇ ਧੌਣਾ ਨੇਵੀਆਂ ਕਰਕੇ ਬੈ ਗਏ ਮਹਾਰਾਜ ਕੇ ਫਿਰ ਪਾਤਸ਼ਾਹ ਬੋਲੇ ਕਹਿੰਦੇ ਵੀ ਹੁਣ ਉੱਠਦਾ ਨਹੀਂ ਕੋਈ ਤੁਹਾਡੇ ਚ ਪਹਿਲਾਂ ਤਾਂ ਬੜੀਆਂ ਸਿਪਾਰਸ਼ਾਂ ਕਰਦੇ ਸੀ ਹੁਣ ਉਠੋ ਤੁਹਾਡੇ ਚ ਕੋਈ ਆਵੇ ਅੱਗੇ ਆਪਣੇ ਪ੍ਰਾਣ ਤਿਆਗੇ ਉਹ ਜੀਪੇਗਾ ਤੀਜੀ ਵਾਰ ਫਿਰ ਕਿਹਾ ਸਤਿਗੁਰਾਂ ਨੇ ਪਿਛਲੇ ਪਾਸੇ ਸੰਗਤ ਦੇ ਸਭ ਤੋਂ ਪਿੱਛੇ ਮਹਾਰਾਜ ਜੀ ਦੇ ਦਰ ਘਰ ਦੇ ਇੱਕ ਆਨੰਦ ਨਾਮ ਰਸਿਏ ਗੁਰਸਿੱਖ ਭਾਈ ਭਗਤੂ ਜੀ ਦੇ ਸੁਪੁੱਤਰ ਭਾਈ ਜੀਵਨ ਜੀ ਬੈਠੇ ਸਨ। ਉਹਨਾਂ ਨੇ ਕੁਝ ਕਿਹਾ ਨਹੀਂ ਪਿੱਛੋਂ ਹੀ ਮੱਥਾ ਟੇਕਿਆ ਤੇ ਚਲੇ ਗਏ ਉੱਠ ਕੇ ਪਿੱਛੋਂ। ਜਿੱਥੇ ਉਹਨਾਂ ਦਾਸਣ ਸੀ ਗਏ ਚਾਦਰਾਂ ਸਰੀਰ ਤੇ ਲਿਆ ਤੇ ਆਪਣੇ ਪ੍ਰਾਣ ਤਿਆਗ ਦਿੱਤੇ ਤੇ ਉੱਧਰ ਬ੍ਰਾਹਮਣ ਦਾ ਲੜਕਾ ਜੀਵਤ ਹੋ ਗਿਆ। ਬ੍ਰਾਹਮਣ ਦਾ ਲੜਕਾ ਜੀਵਤ ਉਹ ਇੱਕਦਮ ਹੈਰਾਨ ਹੋ ਗਏ। ਇਹ ਕੀ ਹੋਇਆ? ਮਹਾਰਾਜ ਜੀ ਨੇ ਪੁੱਛਿਆ ਭਾਈ ਸਾਡੇ ਕਿਹੜੇ ਸਿੱਖ ਨੇ ਸਾਡਾ ਬਚਨ ਪਾਲਿਆ ਪਤਾ ਕੀਤਾ ਵੀ ਗਿਆ ਤਾਂ ਫਿਰ ਕਹਿੰਦੇ ਜੀ ਜੀਵਨ ਉੱਠ ਕੇ ਗਿਆ ਇੱਥੋਂ ਕਹਿੰਦੇ ਵੇਖੋ ਜਾ ਕੇ ਵੇਖਿਆ ਤੇ ਭਾਈ ਜੀਵਨ ਜੀ ਸਰੀਰ ਤਿਆਗ ਚੁੱਕੇ ਸੀ ਸਤਗੁਰਾਂ ਪੁੱਛਿਆ ਉਹ ਸਿੱਖੋ ਤੁਸੀਂ ਸਹੀ ਨਹੀਂ ਕੀਤਾ ਉਸ ਬ੍ਰਾਹਮਣ ਦੇ ਲੜਕੇ ਨੂੰ ਜਿਵਾਉਣ ਲਈ ਮੇਰੇ ਏਡੇ ਵੱਡੇ ਬਹਾਨ ਸਿੱਖ ਦਾ ਮੈਨੂੰ ਬਲਦਾਨ ਦੇਣਾ ਪਿਆ ਉਹਨੇ ਆਪਣੇ ਪ੍ਰਾਣ ਤਿਆਗੇ ਨੇ ਪੁੱਛਿਆ ਜੀ ਕੋਈ ਵੰਸ਼ ਹੈ ਸੇਵਾਦਾਰਾ ਨੇ ਦੱਸਿਆ ਜੀ ਹਜੇ ਕੁਝ ਸਮਾਂ ਪਹਿਲਾਂ ਹੀ ਸ਼ਾਦੀ ਹੋਈ ਹੈ ਤੇ ਹਾਲੇ ਦੀ ਘਰ ਵਾਲੀ ਗਰਭ ਤੋਂ ਹੈ ਸੰਤਾਨ ਹੋਈ ਨਹੀਂ ਹੈ ਗਰਭ ਧਾਰਨ ਕੀਤਾ ਹੋਇਆ ਇਹਦੀ ਘਰ ਵਾਲੀ ਨੇ ਮਹਾਰਾਜ ਜੀ ਨੇ ਬੁਲਾਇਆ ਆਖਿਆ ਇਹਦਾ ਵੰਸ਼ ਬਹੁਤ ਵਧੇਗਾ ਇਹ ਸਾਖੀਆਂ ਨੇ ਗੁਰੂ ਸਾਹਿਬ ਦੇ ਇਤਿਹਾਸ ਦੀਆਂ ਇਹਨਾਂ ਤੋਂ ਇਹ ਪ੍ਰਮਾਣ ਹੈ ਕਿ ਗੁਰੂ ਸਾਹਿਬ ਦੇ ਬਚਨ ਅੰਮ੍ਰਿਤ ਰੂਪ ਨੇ ਬਾਹਰੋਂ ਪ੍ਰਤੱਖ ਰੂਪ ਚੇ ਵਰਤਾਇਆ ਕਿ ਬਾਹਰੋਂ ਮੁਰਦੇ ਸੁਰਜੀਤ ਹੋ ਸਕਦੇ ਨੇ ਰੱਬ ਦੀ ਤਰਫੋਂ ਮਰੇ ਹੋਏ ਜਿਹੜੇ ਲੋਕ ਨੇ ਉਹ ਵੀ ਜੀਵਤ ਹੋ ਜਾਂਦੇ ਨੇ ਸਤਗੁਰਾਂ ਦੀ ਅੰਮ੍ਰਿਤ ਬਾਣੀ ਇਥੇ ਗਰੀਬਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਐਸੀ ਜੋ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਹੈ ਉਸ ਪਵਿੱਤਰ ਪਾਵਨ ਅੰਮ੍ਰਿਤ ਬਾਣੀ ਨੂੰ ਅਸੀਂ ਆਪਣੇ ਮੁਖ ਚ ਪੜ੍ਹਦੇ ਹਾਂ ਔਰ ਸਾਧੂਆਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਉਂਦੇ ਹਾਂ ਨਾਨਕ ਉਧਰੇ ਹਰ ਗੁਰਸਿ ਰੜਾਈ ਧਾਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਹ ਉਧਰ ਜਾਂਦੇ ਹਨ ਜਿਹੜੇ ਗੁਰੂ ਦੀ ਸ਼ਰਨ ਪੈ ਜਾਂਦੇ ਨੇ ਗੁਰੂ ਦੀ ਪਨਾਹ ਚ ਪੈ ਜਾਂਦੇ ਹਨ ਸੋਹੀ ਮਹੱਲਾ 5 ਘਰ ਤੀਜਾ गोबिन्दा गुण गाऊ दयाला तान गुरु अर्जुन देव साहिब राग सोही च तीसरे ਘਰ ਵਿੱਚ ਇਸ ਪਾਵਨ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਕਰਦੇ ਕਹਿੰਦੇ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜੋ ਸਾਰਿਆਂ ਤੇ ਦਇਆ ਕਰਨ ਵਾਲਾ ਦਿਆਲੂ ਰੱਬ ਹੈ ਉਹਦੇ ਗੁਣ ਗਾਓ ਉਸ ਦੇ ਗੁਣਾਂ ਨੂੰ ਗਾਇਨ ਕਰੋ ਦਰਸ਼ਨ ਦੇਹੋ ਪੂਰਨ ਕਿਰਪਾਲ हे ਪੂਰਨ ਕਿਰਪਾਲ ਰੱਬ ਜੀ ਸਾਡੇ ਤੇ ਤਰਸ ਕਰਕੇ ਸਾਨੂੰ ਆਪਣੇ ਦਰਸ਼ਨ ਦਿਓ हे ਪੂਰਨ ਕਿਰਪਾਲ ਸਵਾਮੀ ਜੀ ਸਾਡੇ ਤੇ ਤਰਸ ਕਰਕੇ ਦਇਆ ਕਰਕੇ ਸਾਨੂੰ ਆਪਣੇ ਦਰਸ਼ਨ ਦਿਓ ਦਰਸ਼ਨ ਦੇਹੋ ਪੂਰਨ ਕਿਰਪਾਲਾ हे पूरन कृपाल साहेब जी साडे ते कृपा ਕਰਕੇ ਸਾਨੂੰ ਆਪਣੇ ਦਰਸ਼ਨ ਦਿਓ ਰਹਾਉ ਕਰ ਕਿਰਪਾ ਤੁਮਹੀ ਉਪਰਤ ਪਾਲਾ ਤੁਸੀਂ ਹੀ ਕਿਰਪਾ ਕਰਕੇ ਸਾਡੀ ਪਾਲਣਾ ਕੀਤੀ ਹੈ ਕਰ ਰਹੇ ਹੋ ਤੇ ਅੱਗੇ ਵੀ ਕਰੋਗੇ ਤੁਹਾਡੇ ਬਿਨਾ ਕੋਈ ਦੂਜਾ ਪਾਲਣਹਾਰ ਨਹੀਂ ਹੈ ਮਹਾਰਾਜ ਤੁਸੀਂ ਕਿਰਪਾ ਕਰਕੇ ਸਾਡੀ ਪ੍ਰਤਪਾਲਣਾ ਕੀਤੀ ਹੈ ਜਿਉ ਪਿੰਡ ਸਭ ਤੁਮਰਾ ਮਾਲਾ ਸਾਡੇ ਕੋਲ ਜਿਉ ਪਿੰਡ ਜੋ ਮਾਲ ਤਨ ਸਭ ਕੁਝ ਜੋ ਕੁਝ ਵੀ ਹੈ ਮਹਾਰਾਜ ਜੀ ਤੁਹਾਡਾ ਹੈ ਮਾਲ ਤਨ ਸੰਪਦਾ ਜਿਉ ਪਿੰਡ ਜੋ ਕੁਝ ਵੀ ਹੈ ਮਹਾਰਾਜ ਜੀ ਇਹ ਸਭ ਕੁਝ ਤੁਹਾਡਾ ਹੈ ਅੰਮ੍ਰਿਤ ਨਾਮ ਚੱਲੇ ਜਪ ਨਾਲਾ ਅੰਮ੍ਰਿਤ ਨਾਮ ਨੂੰ ਜਪੀਏ ਕਿਉਂਕਿ ਇਹੀ ਨਾਲ ਚੱਲਣਾ ਹੈ ਅੰਮ੍ਰਿਤ ਨਾਮ ਚੱਲੇ ਜਪ ਨਾਲਾ ਨਾਲ ਚੱਲੇਗਾ ਅੰਮ੍ਰਿਤ ਨਾਮ ਇਸ ਕਰਕੇ ਜਪ ਇਹਨੂੰ ਜਪਣਾ ਕਰ ਨਾਨਕ ਜਾਚੈ ਸੰਤਰਵਾਲਾ ਮੈਂ ਸਾਧੂਆਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ ਮਹਾਪੁਰਸ਼ਾਂ ਦੇ ਚਰਨਾਂ ਦੀ ਰਵਾਲ ਮੰਗਦਾ ਹਾਂ ਸੋਹੀ ਮਹੱਲਾ ਪੰਜਵਾਂ ਰਾਗ ਸੋਹੀ 'ਚ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਦੇ ਹਨ ਤਿਸ ਬਿਨ ਦੂਜਾ ਅਵਰਨਾ ਕੋਈ ਤਿਸ ਨਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਕੋਈ ਦੂਜਾ ਨਹੀਂ ਹੈ ਉਹੀ ਹੈ ਜੋ ਸਾਰਿਆਂ ਵਿੱਚ ਵਰਤ ਰਿਹਾ ਹੈ ਆਪੇ ਥੰਮੈ ਸੱਚਾ ਸੋਈ ਆਪ ਹੀ ਥੰਮਣ ਵਾਲਾ ਸਾਰੇ ਸੰਸਾਰ ਨੂੰ ਸੱਚ ਸਰੂਪ ਵਾਹਿਗੁਰੂ ਆਪਣਾ ਆਸਰਾ ਦੇ ਕੇ ਸਭ ਨੂੰ ਥੰਮਦਾ ਉਹਦੇ ਬਿਨਾ ਥੰਮਣ ਵਾਲਾ ਕੋਈ ਨਹੀਂ ਉਹ ਆਪ ਹੀ ਸੱਚਾ ਸਾਹਿਬ ਅਕਾਲ ਪੁਰਖ ਸਾਰੇ ਜਗਤ ਨੂੰ ਥੰਮ ਦੇ ਕੇ ਆਪਣਾ ਆਸਰਾ ਦੇ ਕੇ ਧਮਲੈਣ ਵਾਲਾ ਹੈ ਹਰ ਹਰ ਨਾਮ ਮੇਰਾ ਆਧਾਰ ਹਰਿ ਅਕਾਲ ਪੁਰਖ ਪਰਮੇਸ਼ਰ ਦਾ ਅਮਰਤ ਨਾਮ ਮੇਰੇ ਮਨ ਤੇ ਤਨ ਦਾ ਆਧਾਰ ਹੈ ਆਸਰਾ ਹੈ ਕਰਨ ਕਾਰਨ ਸੁਮਰਥ ਅਪਾਰ ਵਾਹਿਗੁਰੂ ਕਰਨ ਵਾਲਾ ਵੀ ਹੈ ਤੇ ਕਾਰਨ ਵੀ ਹੈ ਜਗਤ ਦਾ ਔਰੋ ਸਰਬ ਕਲਾ ਸਮਰਥ ਹੈ ਅਪਾਰ ਪਾਰ ਆਵਾਰ ਤੋ ਰਹਤ ਹੈ ਉਦੇ ਉਰਾਰ ਪਾਰ ਦਾ ਵੀ ਅੰਤ ਨਹੀਂ ਹੈ ਰਹਾ ਸਭ ਰੋਗ ਮਿਟਾਵੇ ਨਵਾਂ ਨਿਰੂਆ ਵਾਹਿਗੁਰੂ ਨੇ ਸਾਡੇ ਸਾਰੇ ਸਭ ਰੋਗ ਮਿਟਾਵੇ ਸਾਡੇ ਸਾਰੇ ਰੋਗ ਮਿਟਾ ਦਿੱਤੇ ਹਨ ਔਰ ਨਵਾਂ ਨਿਰੂਆ ਕਰ ਦਿੰਦਾ ਸਾਨੂੰ ਮੰਨੋ ਜਿਵੇਂ ਕੋਈ ਵਿਕਾਰ ਰੋਗ ਸਾਨੂੰ ਵਿਆਪਿਆ ਹੀ ਨਹੀਂ ਸੀ ਨਵਾ ਨਰੋਆ ਕਰ ਦਤਾ ਹਰੀ ਨੇ ਅਕਾਲ ਪੁਰਖ ਜੀ ਨੇ ਸਾਡੇ ਸਾਰੇ ਰੋਗ ਕੱਟ ਕੇ ਨਾਨਕ ਰਖਾ ਆਪੇ ਹੋਆ ਧੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੇਰਾ ਰਾਖਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੋਇਆ ਹੈ ਸੁਹੀ ਮਹੱਲਾ ਪੰਜਵਾਂ ਦਰਸ਼ਨ ਕੋ ਲੋਚੈ ਸਭ ਕੋਈ ਧੰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਵਾਹਿਗੁਰੂ ਦੇ ਦਰਸ਼ਨਾਂ ਨੂੰ ساری ਦੁਨੀਆ ਲੋਚਦੀ ਹੈ ਸਾਰਿਆਂ ਦੇ ਮਨ ਚ ਕਾਂਖ ਹੈ ਸਾਨੂੰ ਵਾਹਿਗੁਰੂ ਦੇ ਦਰਸ਼ਨ ਹੋਣ ਪੂਰੇ ਭਾਗ ਪ੍ਰਾਪਤ ਹੋਈ ਪਰ ਜਿਨ੍ਹਾਂ ਦੇ ਭਾਗ ਸਵੱਲੇ ਨੇ ਉਹਨਾਂ ਨੂੰ ਸਤਿਗੁਰਾਂ ਦੇ ਦਰਸ਼ਨ ਹੁੰਦੇ ਐ ਉਹਨਾਂ ਨੂੰ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਹੁੰਦੇ ਨੇ ਜਿਨ੍ਹਾਂ ਦੇ ਪਾਦਾਂ ਵਿੱਚ ਹੋਵੇ ਰਹਾਉ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ ਪਾਤਸ਼ਾਹ ਕਹਿੰਦੇ ਉਹ ਸਿਆਮ ਸੁੰਦਰ ਜਿਹੜਾ ਬੜਾਈ ਸੋਹਣਾ ਰੱਬ ਹੈ ਪਰਮੇਸ਼ਰ ਹੈ ਉਹਨੂੰ ਛੱਡ ਕੇ ਕਿਉਂ نیند ਆ ਗਈ ਵੀ ਤੈਨੂੰ ਤੂੰ ਕਿਉਂ ਆਲਸੀ ਹੋ ਗਿਆ ਭਾਈ ਸ਼ਾਮ ਸੁੰਦਰ ਵਾਹਿਗੁਰੂ ਪਰਮੇਸ਼ਰ ਨੂੰ ਤਜ ਕੇ ਤਿਆਗ ਕੇ ਤੈਨੂੰ نیند ਕਿਉਂ ਆਈ ਹੈ ਇਹ ਸਵਾਲ ਹੈ ਇਸ ਪੰਗਤੀ ਕੀ ਸਵਾਲ ਹੈ ਕਿਉਂ ਆ ਗਈ ਹੈ ਤੈਨੂੰ نیند ਉਸ ਸ਼ਿਆਮ ਸੁੰਦਰ ਵਾਹਿਗੁਰੂ ਪਰਮੇਸ਼ਰ ਨੂੰ ਤਜ ਕੇ ਮਹਾ ਮੋਨੀ ਦੂਤਾ ਲਾਈ ਇਹ ਸਵਾਲ ਦਾ ਜਵਾਬ ਅਗਲੀ ਪੰਕਤੀ 'ਚ ਦਿੰਦੇ ਨੇ ਕਹਿੰਦੇ ਇਸ ਕਰਕੇ ਆ ਗਈ ਕਿਉਂਕਿ ਜਿਹੜੀ ਮਹਾ ਮੋਣੀ ਮਾਇਆ ਹੈ ਉਹ ਨੇ ਆ ਕੇ ਨੂੰ ਦੂਤ ਲਾ ਦਿੱਤੇ ਨੇ ਆਪਣੇ ਜਿਹੜੇ ਉਹਦੇ ਨੁਕ ਦੂਤ ਨੇ ਉਹ ਇਹਨੂੰ ਲਾ ਦਿੱਤੇ ਨੇ ਉਹਨਾਂ ਵਿੱਚ ਲੱਗੇ ਹੋਏ ਨੂੰ ਸ਼ਿਆਮ ਸੁੰਦਰ ਵਾਹਿਗੁਰੂ ਨੂੰ ਛੱਡ ਕੇ ਨੂੰ ਅਵਿਦਿਆ ਦੀ ਨੀਂਦ ਆ ਗਈ ਹੈ ਕਿਉਂਕਿ ਮਹਾਮੋਣੀ ਮਾਇਆ ਨੇ ਇਹਦੇ ਤੇ ਆਪਣਾ ਭਾਰ ਪਾ ਦਿੱਤਾ ਉਹਨੇ ਆ ਕੇ ਇਹਦੇ ਤੇ ਦੂਤ ਦੂਤਾ ਲਾਈ ਦਾ ਮਤਲਬ ਬਾੜੀ ਪੜਦਿਆਂ ਪੜਦਿਆਂ ਸਿਮਰਨ ਭਜਨ ਕਰਦਿਆਂ ਕਰਦਿਆਂ ਇੱਕਦਮ ਮਾਇਆ ਨੇ ਆਪਣੀ ਝਲਕ ਜੀ ਵਿਖਾਈ ਮਨ ਕਿਧਰ ਦਾ ਕਿਧਰ ਲੈ ਟੁਰੀ ਉਹਨੇ ਆਪਣਾ ਦੂਤ ਭੇਜਿਆ ਤੇ ਰੱਬ ਵੱਲੋਂ ਫਿਰ ਨੀਂਦ ਆ ਗਈ ਪਰਮੇਸ਼ਰ ਵੱਲੋਂ ਫਿਰ ਨੀਂਦ ਆ ਗਈ ਕਹਿੰਦੇ ਇਦਾਂ ਏ ਮਾਇਆ ਨੇ ਆਪਣਾ ਦੂਤ ਲਾ ਦਿੱਤਾ ਹਾਂਜੀ ਪ੍ਰੇਮ ਵਿਸੂਹਾ ਕਰਤ ਕਸਾਈ ਪ੍ਰੇਮ ਦਾ ਮੇਰੇ ਹਿਰਦੇ ਵਿੱਚੋਂ ਵਿਛੋੜਾ ਪਾਇਆ ਹੋਇਆ ਰੱਬ ਦਾ ਪ੍ਰੇਮ ਜਿਹੜਾ ਨਾ ਉਹ ਮੇਰੇ ਹਿਰਦੇ 'ਚੋਂ ਪੈਦਾ ਨਹੀਂ ਹੋਣ ਦਿੰਦਾ ਇਹ ਕਸਾਈ ਪੁਣਾ ਕਰਦੇ ਐ ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਨੇ ਨਾ ਇਹ ਕਸਾਈ ਬਣੇ ਹੋਏ ਨੇ ਇਹੋ ਜੇ ਕਸਾਈ ਬਣ ਕੇ ਮੈਨੂੰ ਕੁੰਦੇ ਨੇ ਕਿ ਮੇਰੇ ਰੱਬ ਦਾ ਮੇਰੇ ਅੰਦਰ ਪ੍ਰੇਮ ਨਹੀਂ ਪੈਦਾ ਹੋਣ ਦਿੰਦਾ ਮੇਰੇ ਹਿਰਦੇ ਚ ਪ੍ਰੇਮ ਦਾ ਵਿਛੋੜਾ ਪਾ ਕੇ ਰੱਖਦੇ ਹਨ ਨਿਰਦਇ ਜੰਤ ਤਿਸ ਦਇਆ ਨਾ ਆਈ ਪਾਈ ਇਹ ਨਿਰਦਈ ਜੰਤ ਨੇ ਕਾਮ ਕ੍ਰੋਧ ਆਦਿਕ ਵਿਕਾਰ ਇਹਨਾਂ ਨੂੰ ਮੇਰੇ ਤੇ ਮਾੜੀ ਜਿੰਨੀ ਵੀ ਦਇਆ ਨਹੀਂ ਆਉਂਦੀ ਤਰਸ ਨਹੀਂ ਆਉਂਦਾ ਕਿ ਜੇ ਮੈਂ ਛੱਟ ਬਹਿਣ ਲੱਗਦਾ ਤੇ ਛਾਟੇ ਆ ਕੇ ਮੈਨੂੰ ਦਬ ਲੈਂਦੇ ਇਹਨੇ ਕਸਾਈ ਦੇ ਵਿਕਾਰ ਇਹ ਕਦੇ ਕਾਮ ਕਦੇ ਕ੍ਰੋਧ ਜੇ ਮੈਂ ਕਿਤੇ ਯਤਨ ਕਰਾਂ ਵੀ ਭਜਨ ਵਾਲੇ ਪਾਸੇ ਜਾਣ ਦਾ ਇਹ ਭਾਜਾ ਕਿ ਨਰਦਈ ਬਣ ਕੇ ਮੈਨੂੰ ਕੋਹ ਕੋਹ ਕੇ ਮਾਰਨਾ ਸ਼ੁਰੂ ਕਰ ਦਿੰਦੇ ਆਂ ਹਾਂਜੀ ਅਨਕ ਜਨਮ ਬੀਤਿਆਂ ਪਰਮਾਈ ਇਹਨਾਂ ਦੂਤਾਂ ਕਰਕੇ ਇਹ ਕਸਾਈਆਂ ਕਰਕੇ ਮੈਂ ਅਨੇਕਾਂ ਜਨਮਾਂ ਦੇ ਵਿੱਚ ਭਰਮ ਭਰਮ ਕੇ ਆਪਣੇ ਜਨਮ ਬਤੀਤ ਕੀਤੇ ਹਨ ਘਰ ਵਾਸ ਨਾ ਦੇਵੇ ਦੁੱਤਰ ਮਾਈ ਇਹ ਮਾਇਆ ਨੂੰ ਤਰਨਾ ਇੰਨਾ ਔਖਾ ਵੀ ਮੈਨੂੰ ਮੇਰੇ ਘਰ ਟਿਕਣ ਨਹੀਂ ਦਿੰਦੀ ਇਹ ਮੈਨੂੰ ਮੇਰੇ ਘਰ ਵਿੱਚ ਨਿਵਾਸ ਨਹੀਂ ਕਰਨ ਦਿੰਦੀ ਦਿਨ ਰੈਨ ਆਪਣਾ ਕੀਆ ਪਾਈ ਐ ਬੰਦਿਆ ਦਿਨ ਰਾਤ ਤੂੰ ਆਪਣਾ ਕੀਤਾ ਹੀ ਪਾਉਂਦਾ ਹੈ ਕਿਸ ਦੋਸ਼ ਨਾ ਦੀਜੈ ਕਿਰਤ ਪਵਾਈ ਕਿਸੇ ਨੂੰ ਦੋਸ਼ ਕਾਦਾ ਦਿੰਨਾ ਤੂੰ ਆਪਣੇ ਮਾੜੇ ਕਰਮਾ ਕਰਕੇ ਭਵਦਾ ਫਿਰਦਾ ਹੈ ਆਪਣੇ ਕੀਤੇ ਕਰਮਾ ਕਰਕੇ ਭਟਕਦਾ ਫਿਰਦਾ ਹੁਣ ਅਰਦਾਸ ਕਰ ਉਸ ਵਾਹਿਗੁਰੂ ਅੱਗੇ ਪਰਮੇਸ਼ਰ ਅੱਗੇ ਅਰਦਾਸ ਕਰ ਸੁਣ ਸਾਜਣ ਸੰਤ ਜਨ ਭਾਈ ਏ ਸੱਜਣ ਸੰਤ ਜਨੋ ਸੁਣੋ ਏ ਭਾਈਓ ਸੁਣੋ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਨੂੰ ਗ੍ਰਹਿਣ ਕਰਦਿਆਂ ਬੇਨਤੀ ਕਰਕੇ ਆਖੋ ਚਰਨ ਸ਼ਰਣ ਨਾਨਕ ਗਤ ਪਾਈ ਇਹਨਾ ਉੱਪਰਲੇ ਸਾਰੇ ਬਿਕਾਰਾਂ ਤੋਂ ਤਾਂ ਬੰਦ ਖਲਾਸੀ ਹੋਣੀ ਹੈ ਜਦੋਂ ਸਹਬ ਦੇ ਚਰਨਾਂ ਦੀ ਸ਼ਰਣ ਵਿੱਚ ਆਓਗੇ ਤੇ ਚਰਨਾਂ ਦੀ ਸ਼ਰਣ 'ਚ ਪੈ ਕੇ ਬੇਨਤੀ ਕਰੋਗੇ ਮਹਾਰਾਜ ਤੁਹਾਡੀ ਸ਼ਰਣ 'ਚ ਹਾਂ ਤੁਹਾਡੀ ਪਨਾਹ ਵਿੱਚ ਹਾਂ ਤਾਂ ਇਹਨਾ ਤੋਂ ਮੁਕਤੀ ਹੋਣੀ ਹੈ ਤਾਂ ਇਹਨਾ ਤੋਂ ਬੰਦ ਖਲਾਸੀ ਹੋਣੀ ਸਤਿਗੁਰੂ ਜੀ ਕਿਰਪਾ ਕਰਨੇ ਗਾਵੇ ਸੁਣਿਆ ਥਾਂ ਪਵੇ ਗੁਰੂ ਕੀ ਬਾਣੀ ਅਗਾਧ ਬੋਧ ਹੈ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬੇਨਤੀ ਹੈ ਸਾਧ ਸੰਗਤ ਜੀ ਸ੍ਰੀ ਅਖੰਡ ਪਾਠਾਂ ਦੇ ਭੋਗ ਪੈ ਚੁੱਕੇ ਹਨ ਬਾੜ ਦੀਵਾਨ ਹਾਲ ਵਿੱਚ ਪੂਰੇ 9 ਵਜੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਨੌਵੇਂ ਪਾਤਸ਼ਾਹ ਦੇ ਪਾਵਨ ਇਤਿਹਾਸਕ ਸਥਾਨਾਂ ਦੇ ਦਰਸ਼ਨ ਦੇਦਾਰੇ ਨਗਰ ਕੀਰਤਨ ਆਰੰਭ ਹੋਣਗੇ ਬਕਾਇਦਾ ਸਲਾਮੀ ਵਾਸਤੇ ਪਟਿਆਲੇ ਜ਼ਿਲ੍ਹੇ ਦੀ ਪੁਲਿਸ ਵੀ ਆਵੇਗੀ ਮਹਾਰਾਜ ਜੀ ਨੂੰ ਸਲਾਮੀ ਦੇਣ ਲਈ ਕੋੜੇ ਆਉਣਗੇ ਨਿਹੰਗ ਸਿੰਘ ਫੌਜਾਂ ਆਉਣਗੀਆਂ ਨਿਸ਼ਾਨਾ ਨਗਾਰਿਆਂ ਤੌਂਸਿਆਂ ਦੀ ਅਗਵਾਈ ਵਿੱਚ ਪੰਜਾਂ ਪਿਆਰਿਆਂ ਦੀ ਔਰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਨਗਰ ਕੀਰਤਨ ਜਾਹੋ ਜਲਾਲ ਨਾਲ ਪ੍ਰਾਰੰਭ ਹੋਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਨਗਰ ਕੀਰਤਨਾ ਵਿੱਚ ਹਾਜ਼ਰੀਆਂ ਭਰੋ ਜਿਹੜੀਆਂ ਸੰਗਤਾਂ ਟੀਵੀ ਰਾਹੀਂ ਘਰਾਂ ਵਿੱਚ ਬੈਠੇ ਕਥਾ ਸੁਣ ਰਹੇ ਹੋ ਭਾਈ ਸਭ ਨੂੰ ਬੇਨਤੀ ਹੈ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਹੁੰਚ ਕੇ ਨਗਰ ਕੀਰਤਨਾ ਵਿੱਚ ਹਾਜ਼ਰੀਆਂ ਭਰ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨ ਪਰਸ ਕੇ ਗੁਰਦੇਵ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਕਰ ਨੋ ਨਿਦ ਆਵੇ ਧਾਏ 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 ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਵਾਹਿ ਗੁਰਵਾਹੇ